ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਅਸੀਂ ਸਿੱਖ ਚੈਨਲ 'ਤੇ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਕਿ ਤੁਸੀਂ ਇਸ ਵੇਲੇ ਸਿੱਖ ਚੈਨਲ ਵੇਖ ਰਹੇ ਹੋ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਰੰਟ ਅਫੇਅਰਸ ਤੁਹਾਡੇ ਵਾਸਤੇ ਅਸੀਂ ਲੈ ਕੇ ਹਾਜ਼ਰ ਹਾਂ ਜੀ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜੇ ਕਰੰਟ ਮੁੱਦੇ ਹੁੰਦੇ ਨੇ ਜਾਂ ਵੀਕ ਦੇ ਵਿੱਚ ਜਿਹੜੀਆਂ ਬੀਤੀਆਂ ਗੱਲਾਂ ਹੁੰਦੀਆਂ ਨੇ ਉਹ ਉਹਨਾਂ ਨੂੰ ਬਿਲਕੁਲ ਵਾਚਿਆ ਜਾਂਦਾ, ਉਹਨਾਂ ਨੂੰ ਬਿਲਕੁਲ ਵੇਖਿਆ ਜਾਂਦਾ ਹੈ, ਉਹਨਾਂ ਨੂੰ ਵਿਚਾਰਿਆ ਜਾਂਦਾ ਹੈ। ਸੋ ਅੱਜ ਵੀ ਮੈਂ ਤੁਹਾਡੇ ਨਾਲ ਰੂਬਰੂ ਹੋਇਆ, ਹਾਜ਼ਰ ਹੋਇਆ ਕਿ ਜਿਹੜੇ ਅੱਜ ਦੇ ਕਰੰਟ ਮੁੱਦੇ ਨੇ ਉਹਨਾਂ ਨੂੰ ਤੁਹਾਡੇ ਨਾਲ ਵਿਚਾਰਿਆ ਜਾਵੇ, ਕਿਉਂਕਿ ਦੁਨੀਆ 'ਤੇ ਕੀ ਕੁਛ ਹੋ ਰਿਹਾ ਹੈ। ਸੰਸਾਰ ਹੈ, ਇਹਦਾ ਨਾਂ ਹੀ ਸੰਸਾਰ ਆ। ਕੋਈ ਆਉਂਦਾ ਹੈ, ਕੋਈ ਜਾਂਦਾ ਆ, ਕੋਈ ਪੋਲੀਟਿਕਸ ਹੈ, ਕੋਈ ਧਾਰਮਿਕ ਝਗੜੇ ਨੇ, ਕੋਈ ਸਮਾਜਿਕ ਬੁਰਿਆਈਆਂ ਨੇ। ਸੋ ਇਤਨੀ ਚੀਜ਼ਾਂ ਜਿਹੜੀਆਂ ਉਹ ਹਮੇਸ਼ਾ ਆਮ ਸਿੱਖ ਚੈਨਲ ਤੋਂ ਤੁਹਾਨੂੰ ਅਸੀਂ ਦਿਖਾਉਂਦੇ ਰਹੀਦਾ ਅਤੇ ਜੋ ਸੰਸਾਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ। ਸੋ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਤੋਂ ਪਹਿਲਾਂ ਅਸੀਂ ਮੁੱਦਾ ਜਿਹੜਾ ਵਿਚਾਰਨ ਜਾ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦਿੱਲੀ ਦੇ ਅੰਦਰ ਵੇਖਿਆ ਕਿ ਇੱਕ ਸਿੱਖ ਡਰਾਈਵਰ ਅਤੇ ਉਹਦੇ ਪੁੱਤਰ ਦੇ ਨਾਲ ਜਿਹੜੀ ਦਿੱਲੀ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ, ਅਤੇ ਜਿਹਨੂੰ ਕਿ ਇਸ ਵੇਲੇ ਸੰਸਾਰ ਭਰ ਦੇ ਲੋਕਾਂ ਨੇ ਵੇਖਿਆ, ਇਕੱਲੇ ਸਿੱਖਾਂ ਨੇ ਨਹੀਂ ਵੇਖਿਆ, ਮੀਡੀਆ ਰਾਹੀਂ, ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਬੜਾ ਫਾਸਟ ਮੀਡੀਆ ਹੈ। ਅਤੇ ਗੱਲ ਅਜੇ ਹੋਈ ਨਹੀਂ ਅਤੇ ਮਿੰਟੋ ਮਿੰਟੀ ਕਿਤੇ ਦੀ ਕਿਤੇ ਜਾ ਪਹੁੰਚਦੀ ਹੈ। ਸੋ ਉਹ ਜਿਹੜਾ ਸਾਰਾ ਤੁਹਾਡੇ ਸਾਹਮਣੇ ਜਿਹੜਾ ਚੱਕਰ ਹੋਇਆ ਸੀਗਾ ਦਿੱਲੀ ਦਾ, ਉਹ ਤੁਸੀਂ ਆਮ ਮੀਡੀਆ ਦੇ ਰਾਹੀਂ ਵੇਖਿਆ, ਸਿੱਖ ਚੈਨਲ ਤੋਂ ਵੀ ਅਸੀਂ ਦਿਖਾਇਆ, ਬਿਲਕੁਲ ਤੁਹਾਨੂੰ ਨਾਲ ਨਾਲ ਤਾਜ਼ਾ ਅਪਡੇਟ ਜਿਹੜੀ ਉਹ ਵੀ ਅਸੀਂ ਦਿੰਦੇ ਰਹੇ ਹਾਂ। ਅਤੇ ਅੱਜ ਵੀ ਜਿਹੜੀ ਲੇਟੈਸਟ ਬਲਕਿ ਅਪਡੇਟ ਹੋਏਗੀ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਉਹਦੀ ਲੇਟੈਸਟ ਜਿਹੜੀ ਅਪਡੇਟ ਹੈ ਉਹ ਕਿਹੜੀ ਆ, ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ। ਸੋ ਆਓ, ਮੈਂ ਗੱਲ ਇਹ ਕਰਨ ਜਾ ਰਿਹਾ ਕਿ ਜਿਹੜੇ ਬਾਪ ਅਤੇ ਉਹਦਾ ਬੇਟਾ ਦੋਵਾਂ ਨੂੰ ਹੀ ਜ਼ਮੀਨ 'ਤੇ ਘੜੀਸ ਕੇ ਜਿਹੜਾ ਕਿ ਬੜੀ ਕੁੱਟਮਾਰ ਕੀਤੀ ਗਈ ਆ, ਆਓ ਆਪਾਂ ਜਿਹੜੀ ਫੁਟੇਜ ਸਾਡੇ ਸਾਹਮਣੇ ਆ ਉਹਨੂੰ ਆਪਾਂ ਵੇਖਦੇ ਹਾਂ। ਬੱਚੇ ਕਿੱਥੇ ਸੱਟ ਲੱਗੀ ਤੁਹਾਡੇ ਮੋਢੇ ਦੇ? ਹੱਡੀ ਕਰੈਕ ਹੈ, ਬ੍ਰੇਕ ਹੈ, ਕੀ ਹੈ? ਕਰੈਕ ਹੈ, ਦਰਦ ਹੋ ਰਹੀ ਹੈ। ਪਲਸਤਰ ਹੋਣਾ ਬੇਟੇ ਹੁਣ? ਸਾਰੇ ਡੰਡੇ ਪਰੇਸ਼ਾਨ ਆ ਗਏ ਤੇ ਮੇਰੇ ਚਾਰ ਪੰਜ ਇੱਥੇ ਮਾਰੇ ਤੇ ਮੈਂ ਗੁੱਸੇ ਜਾ ਕੇ ਗੱਡੀ ਸਟਾਰਟ ਕਰਕੇ ਉਹਨਾਂ ਦੇ ਉੱਤੇ ਚੜਾ ਪਿਸਟਲ ਕੱਢੀ ਮੇਰੇ ਮੇਰੇ ਇੱਥੇ ਰੱਖ ਕੇ ਕਹਿੰਦਾ ਗੱਡੀ ਸਵਾਰਾ ਗੱਡੀ ਨਹੀਂ। ਤੁਹਾਡੇ ਪਿੱਛੇ ਪਿਆ ਕਿਉਂ ਹੈਗਾ? ਕੋਈ ਵਜ੍ਹਾ ਨਹੀਂ, ਅਸੀਂ ਨਹਿਰੂ ਵਿਹਾਰ ਮੋੜ ਤੋਂ ਇੱਥੇ ਆ ਰਹੇ ਸੀ ਮੈਟਰੋ, ਕਹਿੰਦਾ ਤੇਰੇ ਕੋ ਮੈਂ ਆ ਕੇ ਬਤਾ ਦੂੰ, ਤੂੰ ਆ ਗਿਆ, ਪਤਾ ਨਹੀਂ ਕੀ ਇਸ਼ਾ ਸੀ ਸਾਡੇ ਨਾਲ ਉਹਨੂੰ, ਅਸੀਂ ਤੇ ਆਪਣੇ ਸਵਾਰੀ ਬਿਠਾ ਕੇ ਜਾ ਰਹੇ ਸੀ। ਦੂਜੀ ਵਾਰ ਸੋ ਆਪਾਂ ਵੇਖਿਆ ਕਿ ਇਸ ਵੇਲੇ ਉਹਦੀ ਚੈੱਕਅਪ ਵੀ ਹੋਈ ਹੈ ਅਤੇ ਔਰ ਉਹਨੇ ਆਪਣੀ ਜਿਹੜੀ ਢੂਹੀ ਉਹ ਵੀ ਦਿਖਾਈ ਆ ਕਿ ਕਿਵੇਂ ਲਾਸਾਂ ਪਈਆਂ ਹੋਈਆਂ ਨੇ। ਸੋ ਇਹ ਜਿਹੜਾ ਮੁੱਦਾ ਆ, ਕਿਉਂਕਿ ਇਹਦੇ ਬਾਰੇ ਭਾਵੇਂ ਲਗਾਤਾਰ 2-3 ਦਿਨ ਤੋਂ ਉੱਥੇ ਧਰਨੇ ਵੀ ਜਿਹੜੇ ਦਿੱਤੇ ਗਏ ਆ, ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਉਹ ਵੀ ਉੱਥੇ ਪਹੁੰਚੇ ਸਨ ਅਤੇ ਹੋਰ ਵੀ ਜਿਹੜੇ ਲੀਡਰ ਉੱਥੇ ਪਹੁੰਚੇ ਸਨ, ਅਤੇ ਉਹਦੇ ਵਿੱਚ ਦੇਖਿਆ ਕਿ ਆਪਾਂ ਸਿੱਖ ਸੰਗਤ ਦਾ ਜਿਹੜਾ ਗੁੱਸਾ ਆ ਉਹ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਹੈ। ਕਿਉਂਕਿ ਜੇ ਇੱਕ ਪੁਲਿਸ ਵਾਲਾ ਵੀ ਆ, ਆਪਾਂ ਇੱਥੇ ਵੇਖਦੇ ਹਾਂ ਯੂਕੇ ਦੇ ਵਿੱਚ ਜਾਂ ਇੱਥੇ ਯੂਰਪ ਦੇ ਵਿੱਚ ਆਪਾਂ ਜਾਂਦੇ ਹਾਂ ਅਤੇ ਕੀ ਜਿਹੜੇ ਪੁਲਿਸ ਵਾਲੇ ਤੁਹਾਡੇ ਨਾਲ ਕਿਹੋ ਜਿਹਾ ਬਿਹੇਵ ਕਰਦੇ ਆ ਅਤੇ ਕਿਹੋ ਜਿਹਾ ਸਲੂਕ ਤੁਹਾਡੇ ਨਾਲ ਕਰਦੇ ਆ, ਤੁਸੀਂ ਆਪ ਇੱਥੇ ਵੇਖਦੇ ਹੋ ਕਿ ਉਹ ਠੀਕ ਹੈ ਜੇ ਕੋਈ ਬੰਦਾ ਕੋਈ ਜ਼ੁਰਮ ਦਾ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਕਰਦਾ ਉਹਨੂੰ ਉਹ ਫੜਨ ਦੀ ਕੋਸ਼ਿਸ਼ ਕਰਦੇ ਆ ਔਰ ਉਹਨੂੰ ਫੜ ਕੇ ਫਿਰ ਉਹਨੂੰ ਥਾਣੇ ਲੈ ਜਾਂਦੇ ਆ। ਅਤੇ ਪਰ ਇਹ ਨਹੀਂ ਕਿ ਉਹਦੀ ਜਨਤਾ ਦੇ ਵਿੱਚ ਜਾਂ ਸ਼ਰੇਆਮ ਲੋਕਾਂ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਜਾਵੇ। ਔਰ ਆਪਾਂ ਇਹ ਵੇਖਿਆ ਕਿ ਇੱਕ ਜਿਹੜਾ ਨਾਬਾਲਗ ਬੱਚਾ ਹੈ ਬਲਵੰਤ ਸਿੰਘ, ਉਹਦੇ ਸਿਰ ਦੇ ਵਿੱਚ ਜਿਹੜੀਆਂ ਠੁੱਡਾਂ ਉਹ ਵੀ ਮਾਰੀਆਂ ਗਈਆਂ ਵਾ।
ਸੋ ਇਹ ਪੂਰਾ ਮਸਲਾ ਆਪਾਂ ਜਾਣਨ ਵਾਸਤੇ ਜ਼ਰੂਰ ਜਾਵਾਂਗੇ ਸਾਡੇ ਜਿਹੜੇ ਪੱਤਰਕਾਰ ਨੇ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਦੇ ਕੋਲ ਵੀ ਅਸੀਂ ਜਾਵਾਂਗੇ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਜੋ ਅਪਡੇਟ ਹੈ ਅੱਜ ਦੀ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਵਿਖਾਵਾਂਗੇ ਕਿ ਹੁਣ ਇਸ ਵੇਲੇ ਕੀ ਉੱਥੇ ਵਾਪਰਿਆ ਅੱਜ ਜਾਂ ਕੀ ਉੱਥੇ ਹੋਇਆ ਕਿਉਂਕਿ ਪਹਿਲਾਂ ਇਹ ਸੁਣਨ ਵਿੱਚ ਗੱਲ ਆ ਰਹੀ ਸੀ ਕਿ ਕੁਛ ਸਾਡੇ ਧਾਰਮਿਕ ਲੀਡਰਾਂ ਵੱਲੋਂ ਵਿੱਚ ਪੈ ਕੇ ਅਤੇ ਸਮਝੌਤਾ ਜਿਹੜਾ ਕੰਪਰੋਮਾਈਜ਼ ਜਿਹੜਾ ਕਰਾ ਦਿੱਤਾ ਗਿਆ ਵਾ ਪਰ ਇਹਦੇ ਨਾਲ ਕੀ ਜਿਹੜੀ ਸੈਟਿਸਫੈਕਸ਼ਨ ਹੋ ਗਈ ਆ ਕਿ ਨਹੀਂ ਹੋ ਗਈ ਅਤੇ ਉਹਦੇ ਬਾਰੇ ਜਿਹੜਾ ਉਹ ਵੀ ਆਪਾਂ ਗੱਲਬਾਤ ਜਸਵਿੰਦਰ ਸਿੰਘ ਦੇ ਨਾਲ ਇਸ ਵੇਲੇ ਆਪਾਂ ਕਰਾਂਗੇ ਸੋ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਰੋਕਣ ਵਾਸਤੇ ਜਾਂ ਰੋਕਥਾਮ ਕਰਨ ਵਾਸਤੇ ਕੀ ਹੋਣਾ ਚਾਹੀਦਾ ਹੈ ਸਾਰੇ ਪਾਸੇ ਹਰ ਇੱਕ ਬੰਦੇ ਨੂੰ ਆਪੋ ਆਪਣੇ ਫਰਜ਼ ਜਿਹੜੇ ਨੇ ਉਹ ਬਿਲਕੁਲ ਸਮਝਣੇ ਪੈਣਗੇ ਫਰਜ਼ਾਂ ਦੀ ਪਹਿਚਾਣ ਕਰਨੀ ਪਊਗੀ ਅਗਰ ਸਿੱਖ ਡਰਾਈਵਰ ਆ ਜਾਂ ਕੋਈ ਵੀ ਬੰਦਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦਾ ਵਾ ਅਤੇ ਉਹ ਬਿਲਕੁਲ ਉਹ ਵੀ ਗਲਤ ਆ ਕਿਉਂਕਿ ਕਾਨੂੰਨ ਬਣਿਆ ਹੋਇਆ ਵਾ ਕਾਨੂੰਨ ਨੂੰ ਕਦੇ ਵੀ ਆਪਣੇ ਹੱਥ ਵਿੱਚ ਨਾ ਲਵੋ ਅਤੇ ਹਮੇਸ਼ਾ ਕਾਨੂੰਨ ਜਿਹੜਾ ਹੈ ਉਹਨੂੰ ਅੱਗੇ ਰੱਖ ਕੇ ਚੱਲੋ ਕਿ ਕਿਉਂਕਿ ਫੈਸਲੇ ਜਿਹੜੇ ਉਹ ਬਣਦੇ ਆਏ ਨੇ ਆਪਾਂ ਵੇਖਿਆ ਸਾਹਮਣੇ ਕਿ ਕਈ ਐਸੇ ਵੀ ਫੈਸਲੇ ਪਿਛਲੇ ਟਾਈਮ ਦੇ ਵਿੱਚ ਹੋਏ ਨੇ ਕਿ ਜਿਹੜੇ ਕਿ ਕੋਰਟ ਦੇ ਵੱਲੋਂ ਕੀਤੇ ਗਏ ਨੇ ਮੈਂ ਸੱਜਣ ਕੁਮਾਰ ਦੀ ਗੱਲ ਕਰ ਲਵਾਂ ਅਤੇ ਉਹਨੂੰ ਵੀ ਜਿਵੇਂ ਅੰਦਰ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਡੱਕਿਆ ਗਿਆ ਹੈ ਧਕੇਲਿਆ ਗਿਆ ਹੈ ਅਤੇ ਉਹਦੇ ਤੋਂ ਬਾਅਦ ਆਪਾਂ ਜੇ ਦੇਖ ਲਈਏ ਕਿ ਸਿਰਸਾ ਡੇਰਾ ਜਿਹੜਾ ਉਹਦਾ ਜਿਹੜਾ ਮੁਖੀ ਸੀਗਾ ਗੁਰਮੀਤ ਰਾਮ ਰਹੀਮ ਉਹਨੂੰ ਵੀ ਜਿਹੜੀ ਉਮਰ ਕੈਦ ਜਿਹੜੀ ਇਸ ਵੇਲੇ ਹੋਈ ਆ ਸੋ ਇਹ ਜਿਹੜੇ ਫੈਸਲੇ ਆ ਕੋਰਟ ਦਾ ਹੀ ਨੇ ਸੋ ਇਸ ਕਰਕੇ ਜਿਹੜਾ ਕਾਨੂੰਨ ਹੈ ਹਮੇਸ਼ਾ ਆਪਾਂ ਕਾਨੂੰਨ ਦੀ ਸਾਰੇ ਪਾਲਣਾ ਕਰੋ ਅਤੇ ਕਾਨੂੰਨ ਨੂੰ ਕਦੇ ਵੀ ਆਪਣੇ ਹੱਥ ਦੇ ਵਿੱਚ ਨਾ ਲਵੋ ਜੋ ਸਹੀ ਵਿਚਾਰਨ ਵਾਲੀ ਗੱਲ ਆ ਉਹਨੂੰ ਸਹੀ ਵਿਚਾਰੋ ਜਿੱਥੇ ਕੋਈ ਗਲਤ ਹੋਇਆ ਉੱਥੇ ਜ਼ਰੂਰ ਤੁਸੀਂ ਆਵਾਜ਼ ਉਠਾਓ ਆਪਣੀ ਅਤੇ ਕਾਨੂੰਨ ਦੇ ਕੋਲ ਗੁਹਾਰ ਜ਼ਰੂਰ ਲਵਾਓ ਕਿ ਇੱਥੇ ਸਾਡੇ ਨਾਲ ਕੋਈ ਜ਼ਿਆਦਤੀ ਹੋ ਰਹੀ ਆ ਅਤੇ ਇਹਦਾ ਕੋਈ ਸਾਨੂੰ ਫੈਸਲਾ ਜਿਹੜਾ ਉਹ ਮਿਲਣਾ ਚਾਹੀਦਾ ਕੀ ਹੋਣਾ ਚਾਹੀਦਾ ਸੋ ਇਹਦੇ ਵਿੱਚ ਆਪਾਂ ਜੋ ਦੇਖਿਆ ਕਿ ਜਿਹੜੇ ਬਹੁਤ ਬੜੇ ਕਈ ਕਈ ਲੀਡਰਾਂ ਨੇ ਆਪੋ ਆਪਣੇ ਬਿਆਨ ਵੀ ਦਿੱਤੇ ਨੇ ਪਰ ਜਿਹੜਾ ਉੱਥੇ ਪਹੁੰਚੇ ਲੀਡਰ ਉਹਨਾਂ ਦੇ ਵਿੱਚ ਤਕਰੀਬਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲੇ ਉਹੀ ਪਹੁੰਚੇ ਨੇ ਅਤੇ ਹੋਰ ਜਿਹੜੇ ਲੀਡਰ ਇਸ ਵੇਲੇ ਬਿਲਕੁਲ ਚੁੱਪ ਧਾਰ ਕੇ ਜਿਹੜੇ ਬੈਠੇ ਹੋਏ ਨੇ ਅਤੇ ਉਹਨਾਂ ਨੇ ਕੋਈ ਵੀ ਕਿਸੇ ਵੀ ਪਾਰਟੀ ਦੇ ਵੱਲੋਂ ਅਜੇ ਤੱਕ ਇਸ ਜਿਹੜਾ ਦਿੱਲੀ ਦੇ ਵਿੱਚ ਹੋਇਆ ਇੱਕ ਮੈਂ ਗੱਲ ਜ਼ਰੂਰ ਕਹਿ ਦਿਆਂ ਕਿ ਆਮ ਆਦਮੀ ਪਾਰਟੀ ਦੇ ਮੁਖੀ ਜਿਹੜੇ ਨੇ ਅਤੇ ਦਿੱਲੀ ਦੇ ਸੀ ਐੱਮ ਜਿਹੜੇ ਨੇ ਕੇਜਰੀਵਾਲ ਉਹ ਜ਼ਰੂਰ ਇਸ ਪਿਓ ਪੁੱਤਰ ਦੇ ਕੋਲ ਹਾਲ ਪੁੱਛਣ ਵਾਸਤੇ ਗਏ ਅਤੇ ਉਹਨਾਂ ਨੇ ਪੁੱਛਿਆ ਅਤੇ ਇਸ ਕਰਕੇ ਚਲੋ ਗਲਤ ਇਹ ਹੁੰਦੀ ਹੈ ਕਿ ਲੀਡਰ ਜਿਹੜੇ ਆਪੋ ਆਪਣਾ ਵੀ ਫਰਜ਼ ਪਹਿਚਾਨਣ ਕਿ ਕਿੱਥੇ ਗਲਤ ਹੋ ਰਿਹਾ ਕਿੱਥੇ ਸਹੀ ਹੋ ਰਿਹਾ ਵਾ ਸੋ ਸਹੀ ਨੂੰ ਸਹੀ ਕਹਿਣਾ ਔਰ ਗਲਤ ਜਿਹੜਾ ਹੈ ਅਤੇ ਉਹਨੂੰ ਬਿਲਕੁਲ ਗਲਤ ਕਹਿਣਾ ਅਤੇ ਉਹ ਸਾਨੂੰ ਜ਼ਰੂਰ ਚਾਹੀਦਾ ਸਾਡੇ ਨਾਲ ਜੁੜੇ ਨੇ ਇਸ ਵੇਲੇ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਜਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਸਵਿੰਦਰ ਸਿੰਘ ਜੀ ਜਿਹੜਾ ਦਿੱਲੀ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਅਤੇ ਉਹਦੇ ਵਿੱਚ ਜੋ ਕਿ ਤਾਜ਼ਾ ਅਪਡੇਟ ਆ ਜਾਂ ਕੀ ਉਹਦੇ ਵਿੱਚ ਫੈਸਲਾ ਹੋਇਆ ਜੋ ਫੈਸਲਾ ਹੋਇਆ ਕੀ ਉਹਦੇ ਨਾਲ ਉਹ ਪਿਓ ਪੁੱਤਰ ਜਿਹੜੇ ਸੈਟਿਸਫਾਈ ਹੋ ਗਏ ਆ ਜਾਂ ਸਿੱਖ ਸੰਗਤ ਜਿਹੜੀ ਆ ਉਹ ਰਜ਼ਾਮੰਦੀ ਹੋ ਗਈ ਆ ਕਿ ਨਹੀਂ ਜਾਂ ਕੀ ਮਾਮਲਾ ਆ ਜੀ ਹਾਲਾਤ ਜਿਸ ਜਿਸ ਤਰੀਕੇ ਦੇ ਨਾਲ ਇੱਕ ਇੱਕ ਦਿਨ ਵੱਧਦਾ ਜਾ ਰਿਹਾ ਹੈਗਾ ਮਾਹੌਲ ਇੱਕ ਅਜੀਬ ਜਿਹੀ ਸਿਚੁਏਸ਼ਨ ਵਿੱਚ ਪਹੁੰਚਦਾ ਜਾ ਰਿਹਾ ਸਭ ਤੋਂ ਪਹਿਲੀ ਗੱਲ ਜਿਹੜੇ ਪਿਓ ਪੁੱਤਰ ਨੇ ਸਰਬਜੀਤ ਸਿੰਘ ਔਰ ਉਹਨਾਂ ਦਾ ਬੇਟਾ ਜਿਹੜਾ ਹੈ ਇਸ ਵੇਲੇ ਉਹ ਸੰਗਤ ਦੇ ਸਾਹਮਣੇ ਨਹੀਂ ਆ ਰਿਹਾ ਉਹ ਪਰਿਵਾਰ ਆਪਣੇ ਘਰ ਚ ਨਹੀਂ ਹੈ ਸਭ ਤੋਂ ਪਹਿਲੀ ਚੀਜ਼ ਦੂਸਰੀ ਚੀਜ਼ ਤਿੰਨ ਦਿਨ ਤੱਕ ਮੁਖਰਜੀ ਨਗਰ ਥਾਣੇ ਦੇ ਬਾਹਰ ਮੋਰਚਾ ਲੱਗਿਆ ਰਿਹਾ ਸੰਗਤਾਂ ਪੁਲਿਸ ਦੇ ਨਾਲ ਜੂਝਦੀਆਂ ਰਹੀਆਂ ਝਗੜਾ ਚੱਲਦਾ ਰਿਹਾ ਮਾਹੌਲ ਗਰਮਾਉਂਦਾ ਗਿਆ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਚੈਨਲਾਂ ਦੇ ਪੇਜ ਦੇ ਰਾਹੀਂ ਲੱਖਾਂ ਕਰੋੜਾਂ ਲੋਕਾਂ ਨੇ ਦੇਖਿਆ ਮਗਰ ਹੈਰਾਨੀ ਦੀ ਗੱਲ ਹੈ ਕਿ ਉਹ ਪਰਿਵਾਰ ਉਸ ਵੇਲੇ ਵੀ ਸੰਗਤ ਦੇ ਵਿੱਚ ਨਹੀਂ ਆਇਆ ਦੂਜੇ ਪਾਸੇ ਕ੍ਰੋਸ ਐਫ ਆਈ ਆਰ ਦਰਜ ਹੋਈ ਹੈਗੀ ਹੈ ਦੋਨਾਂ ਦੇ ਉੱਤੇ ਦੋਨਾਂ ਪੱਖਾਂ ਦੇ ਉੱਤੇ ਸਰਕਾਰ ਵੱਲੋਂ ਉਸ ਪਰਿਵਾਰ ਦੇ ਉੱਤੇ ਤੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੁਣ ਇੱਕ ਜਿਹਨੂੰ ਅਸੀਂ ਇੱਕ ਜਿਹਨੂੰ ਅਸੀਂ ਕਹਿੰਦੇ ਹੈਗੇ ਫੇਕ ਵਾਰ ਮੈਂ ਇੱਕ ਜਸਵਿੰਦਰ ਸਿੰਘ ਤੁਹਾਨੂੰ ਮੈਂ ਰੋਕਣਾ ਚਾਹਾਂਗਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਇਸ ਵੇਲੇ ਘਰ ਦੇ ਵਿੱਚ ਨਹੀਂ ਕੀ ਪਰਿਵਾਰ ਨੂੰ ਡਰਾਇਆ ਜਾਂ ਧਮਕਾਇਆ ਗਿਆ ਕੋਈ ਇਸ ਤਰ੍ਹਾਂ ਦੀ ਸੂਚਨਾ ਤੁਹਾਨੂੰ ਕੋਈ ਮਿਲੀ ਆ ਜਾਂ ਪਰਿਵਾਰ ਕਿਉਂ ਨਹੀਂ ਘਰ ਦੇ ਵਿੱਚ ਹੈ ਦੇਖੋ
ਆਪਾਂ ਭਾਈ ਸਾਹਿਬ ਜੀ ਇਸ ਗੱਲ ਦਾ ਜਵਾਬ ਤਦ ਦੇ ਸਕਦੇ ਹੈਗੇ ਜਦੋਂ ਸਾਨੂੰ ਪਰਿਵਾਰ ਮਿਲੇਗਾ। ਮੈਂ ਅੱਜ ਹਾਲਾਂਕਿ ਮੈਂ ਮਾਫੀ ਚਾਹੁੰਦਾ, ਮੇਰੀ ਅੱਜ ਤਬੀਅਤ ਠੀਕ ਨਹੀਂ ਸੀ, ਅੱਜ ਮੈਂ ਦਿਲ ਐਕਟਿਵ ਨਹੀਂ ਸੀ, ਮਗਰ ਆਪਾਂ ਅੱਜ ਪੂਰੀ ਕੋਸ਼ਿਸ਼ ਕੀਤੀ ਕਿ ਉਸ ਪਰਿਵਾਰ ਤੱਕ ਪਹੁੰਚ ਕੀਤੀ ਜਾਏ, ਮੀਡੀਆ ਦੇ ਅੰਦਰ ਵੀ ਤਕਰੀਬਨ ਲੋਕਾਂ ਨੂੰ ਜਿਹਨਾਂ ਨਾਲ ਸਾਡਾ ਵਾਹ ਪੈਂਦਾ ਵਾਸਤਾ ਪੈਂਦਾ ਹੈਗਾ, ਉਹਨਾਂ ਨੂੰ ਵੀ ਨੀ ਪਤਾ ਕਿ ਇਸ ਵੇਲੇ ਪਰਿਵਾਰ ਕਿੱਥੇ ਹੈਗਾ, ਪਿਓ ਪੁੱਤਰ ਕਿੱਥੇ ਹੈਗੇ ਨੇ। ਮਗਰ ਹੈਰਾਨੀ ਦੀ ਗੱਲ ਹੈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੂਪਾ ਦੇ ਕੇ ਸਨਮਾਨਿਤ ਕਰਦੀ ਹੈ, ਉਸ ਵੇਲੇ ਪਰਿਵਾਰ ਉਹਨਾਂ ਦੇ ਕੋਲ ਹੁੰਦਾ, ਜਿਸ ਵੇਲੇ ਦਾਦੂਵਾਲ ਸਾਹਿਬ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਪਰਿਵਾਰ ਉਹਨਾਂ ਵੱਲੋਂ ਹੁੰਦਾ। ਪੰਜਾਬ ਦੇ ਕੁਛ ਲੋਕੀ, ਕੁਛ ਲੀਡਰ, ਲੋਕੀ ਵੀ ਨਾ ਕਵਾਂ ਮੈਂ ਲੀਡਰ ਕਵਾਂ, ਜਦੋਂ ਵੀ ਕੋਈ ਲੀਡਰ ਉਸ ਪਰਿਵਾਰ ਨੂੰ ਮਿਲਣਾ ਚਾਹੁੰਦਾ ਤੇ ਉਹ ਪਰਿਵਾਰ ਕੋਲ ਪਹੁੰਚ ਕਰ ਲੈਂਦਾ, ਮਗਰ ਹੈਰਾਨੀ ਦੀ ਗੱਲ ਹੈ ਸੰਗਤ ਔਰ ਮੀਡੀਆ ਜਦੋਂ ਉਸ ਪਰਿਵਾਰ ਤੱਕ ਪਹੁੰਚ ਕਰਨਾ ਚਾਹੁੰਦਾ ਤੇ ਕਿਤੇ ਵੀ ਨਹੀਂ ਮਿਲਦੇ। ਇਹ ਚੀਜ਼ਾਂ ਕਈ ਸ਼ੰਕਿਆਂ ਦੇ ਉੱਤੇ ਸਵਾਲ, ਕਈ ਸ਼ੰਕੇ, ਕਈ ਸਵਾਲ ਖੜੀ ਕਰਦੀ ਹੈ ਜਿਹੜੇ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਣਗੇ। ਦੂਜੇ ਪਾਸੇ ਅਸੀਂ ਆਪਣੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ, ਆਪਣੇ ਚੈਨਲਾਂ ਦੀ ਗੱਲ ਕਰ ਲਈਏ, ਜਿਹੜੇ ਪੰਥਕ ਚੈਨਲ ਨੇ ਜਿਹੜੀ ਆਪਣੀ ਸੱਚਾਈ ਨੂੰ, ਉਸ ਦਰਦ ਨੂੰ ਪੂਰੀ ਦੁਨੀਆਂ 'ਚ ਦਿਖਾ ਰਹੇ ਨੇ, ਤੇ ਦੂਜੇ ਪਾਸੇ ਇੱਕ ਬੜੇ ਹੀ ਵੱਡੇ ਤੌਰ ਦੇ ਉੱਤੇ ਇੱਕ ਪ੍ਰੋਕਸੀ ਵਾਰ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਫੇਕ ਵਾਰ ਚੱਲ ਰਹੀ ਹੈਗੀ ਹੈ ਉਸ ਪਰਿਵਾਰ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਦੇ ਉੱਤੇ, ਇੰਡੀਅਨ ਟੀਵੀ ਚੈਨਲ ਦੇ ਉੱਤੇ ਲਗਾਤਾਰ ਉਸ ਸ਼ਖਸ ਨੂੰ, ਜਿਸ ਸ਼ਖਸ ਨੇ ਮਰਦਾ ਵਾਲਾ ਕੰਮ ਕੀਤਾ, ਜਿਸ ਸਰਬਜੀਤ ਸਿੰਘ ਨੇ ਇਕੱਲੇ ਆਪਣੇ ਦੇ ਪੁੱਤਰ ਦੇ ਨਾਲ 10-12 ਪੁਲਿਸ ਵਾਲਿਆਂ ਨਾਲ ਮੁਕਾਬਲਾ ਕੀਤਾ। ਸਰਬਜੀਤ ਸਿੰਘ ਨੂੰ ਉਹਦੇ ਸਿਰ ਦੇ ਵਿੱਚ ਜ਼ਖਮ ਨੇ, ਟਾਂਕੇ ਲੱਗੇ ਹੋਏ ਨੇ, ਕੀ ਉਹ ਕਹਾਣੀ ਕੀ ਆ? ਦੇਖੋ ਜੀ, ਜਿਹੜੇ ਟਾਂਕੇ ਲੱਗੇ ਨੇ, ਪੁਲਿਸ ਵੱਲੋਂ ਵੀ ਫੋਟੋ ਜਾਰੀ ਕੀਤੀ ਹੈ ਕਿ ਉਹਦੇ ਸਿਰ ਤੇ 4 ਟਾਂਕੇ ਲੱਗੇ ਨੇ, ਔਰ ਇੱਕ ਫੋਟੋ ਜਿਹਦੇ ਚ ਉਹਦੇ ਸਿਰ ਨੂੰ, ਖੋਪੜੀ ਨੂੰ ਹਲਕਾ ਜਿਹਾ ਖੋਲ ਕੇ ਦਿਖਾਇਆ ਜਾ ਰਿਹਾ ਜੀ ਕਿ ਕਿੰਨਾ ਗਹਿਰਾ ਹੈ। ਔਰ ਕਮਾਲ ਦੀ ਗੱਲ ਹੈ ਕਿ ਜਦੋਂ ਇੱਕ ਟੀਵੀ ਚੈਨਲ, ਇੰਡੀਅਨ ਨਿਊਜ਼ ਚੈਨਲ, ਮੈਂ ਤਾਂ ਟੀਵੀ ਚੈਨਲ ਹੀ ਨਹੀਂ ਕਵਾਂਗਾ, ਪੰਥਕ ਮਸਲੇ ਦੇ ਉੱਤੇ, ਸਿੱਖਾਂ ਦੇ ਮਸਲੇ ਦੇ ਉੱਤੇ ਸਾਬਤ ਹੋ ਗਿਆ, 1, 2, 10, 20, 50, 99% ਨੀ, 100% ਇੰਡੀਅਨ ਮੀਡੀਆ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਹੈ। ਔਰ ਜਦੋਂ ਉਸ ਸ਼ਖਸ ਦਾ ਇੰਟਰਵਿਊ ਲਿੱਤਾ ਜਾਂਦਾ, ਉਹਨੂੰ ਯੋਧਾ ਕਿਹਾ ਜਾਂਦਾ, ਉਹਨੂੰ ਸ਼ੂਰਵੀਰ ਕਿਹਾ ਜਾਂਦਾ, ਉਹਨੂੰ ਹੀਰੋ ਕਿਹਾ ਜਾਂਦਾ, ਔਰ ਉਹਦੇ ਸਿਰ ਦੇ ਉੱਤੇ ਪੱਟੀ ਬੰਨੀ ਦਿਖਾਈ ਜਾਂਦੀ ਹੈਗੀ ਹੈ, ਔਰ ਉਹ ਪੱਟੀ ਬੜੀ ਛੋਟੀ ਹੈ। ਅਗਰ ਅਸੀਂ ਫੋਟੋਆਂ ਨੂੰ ਗੌਰ ਨਾਲ ਦੇਖੀਏ, ਇੰਨਾ ਲੰਬਾ ਚੀਰਾ ਦਿਖਾਇਆ ਜਾ ਰਿਹਾ, ਟਾਂਕੇ ਦਿਖਾਏ ਜਾ ਰਹੇ ਨੇ, ਤੇ ਦੂਜੇ ਪਾਸੇ ਉਹਦੇ ਸਿਰ ਦੇ ਉੱਤੇ ਬੈਂਡੇਡ ਵਾਲੀ ਕ੍ਰੋਸ ਪੱਟੀ ਲੱਗੀ ਹੈ, ਛੋਟੀ ਹੈ ਜੀ ਜੀ। ਔਰ ਆਪਾਂ ਫਿਰ ਕਹੀਏ ਕਿ ਆਪਾਂ ਸਵਾਲ ਖੜਾ ਨਹੀਂ ਕਰ ਸਕਦੇ, ਲੇਕਿਨ ਇਹ ਗੱਲਾਂ ਜਵਾਬ ਦੇਣਾ ਪਏਗਾ ਆਉਣ ਵਾਲੇ ਸਮੇਂ ਦੇ ਅੰਦਰ। ਮਗਰ ਜਿਹੜੀ ਮੈਂ ਗੱਲ ਦੱਸਣਾ ਚਾਹਾਂ ਇੰਡੀਅਨ ਮੀਡੀਆ ਦੀ, ਉਹ ਮੀਡੀਆ ਹੁਣ ਸਰਬਜੀਤ ਸਿੰਘ ਨੂੰ ਇੱਕ ਕ੍ਰਿਮੀਨਲ ਸਾਬਿਤ ਕਰ ਰਿਹਾ, ਇੱਕ ਉਹਨੂੰ ਬੈਡ ਕਰੈਕਟਰ ਵਾਲਾ ਸ਼ੋ ਕਰ ਰਿਹਾ, ਦੱਸੇ ਜਾ ਰਹੇ ਨੇ ਜੀ, ਜਿਵੇਂ ਜਿਵੇਂ ਇੱਕ ਇੱਕ ਦਿਨ ਬੀਤਦਾ ਜਾ ਰਿਹਾ ਜੀ, ਗੱਲਾਂ ਵਧਣੀਆਂ ਸ਼ੁਰੂ ਹੋ ਗਈਆਂ ਉਸ ਪਰਿਵਾਰ ਦੇ ਖਿਲਾਫ। ਸਭ ਤੋਂ ਪਹਿਲੇ ਕੱਲ ਖਬਰ ਆਉਂਦੀ ਹੈ ਜੀ, ਉਹਦੇ ਖਿਲਾਫ਼ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਚਕਾਰ ਇੱਕ FIR ਦਰਜ ਹੋਈ ਸੀ ਅੱਜ ਤੋਂ ਕੁਛ ਮਹੀਨੇ ਪਹਿਲੇ, 24 ਘੰਟੇ ਬੀਤਣ ਤੋਂ ਬਾਅਦ ਹੁਣ ਆ ਰਿਹਾ ਜੀ ਉਹਦੇ ਉੱਤੇ 4 ਕੇਸ ਸਨ। ਸਟੈਪ ਬਾਏ ਸਟੈਪ ਸਰਬਜੀਤ ਸਿੰਘ ਨੇ ਜੋ ਇੱਕ ਯੋਧੇ ਦਾ ਕੰਮ ਕੀਤਾ, ਇੱਕ ਅੰਮ੍ਰਿਤਧਾਰੀ ਸਿੰਘ ਦਾ ਰੋਲ ਅਦਾ ਕੀਤਾ, ਜਿਹਨੂੰ ਅਸੀਂ ਸਾਫ਼ ਕਵਾਂ, ਮੈਂ ਓਪਨਲੀ ਅਲਵ ਕਹਿ ਰਿਹਾ, 1.25 ਲੱਖ ਤੇ 1 ਲੜਾਊ ਜੋ ਲਫ਼ਜ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਰਤਿਆ ਸੀ, ਉਸ ਲਫ਼ਜ਼ਾਂ ਨੂੰ ਕਿਸ ਤਰ੍ਹਾਂ ਕੀਤੇ ਪ੍ਰਤੱਖ ਰੂਪੀ ਸਰਬਜੀਤ ਸਿੰਘ ਨੇ ਸੰਗਤ ਦੇ ਵਿਚਕਾਰ ਕਰਕੇ ਦਿਖਾਇਆ ਕਿ ਜਦੋਂ ਉਹਦੇ ਉੱਤੇ ਹਮਲਾ ਹੋਇਆ, ਉਹਦੇ ਪੁੱਤਰ ਤੇ ਹਮਲਾ ਹੋਇਆ ਤੇ ਉਹ ਇਕੱਲੇ ਜਾਂਬਾਜ਼ ਨੇ ਸਾਰੇ ਪੁਲਿਸ ਵਾਲਿਆਂ ਦੇ ਨਾਲ ਮੁਕਾਬਲਾ ਕੀਤਾ, ਔਰ ਉਹ ਲਗਾਤਾਰ ਮਾਰ ਖਾਣ ਦੇ ਬਾਵਜੂਦ ਤੁਸੀਂ ਦੇਖੋ ਜੂਝਦਾ ਰਿਹਾ, ਉਹਨੇ ਹਾਰ ਨੀ ਮੰਨੀ, ਟਿਕਿਆ ਨੀ, ਉਹਦਾ ਜਿਹੜਾ ਜਿਹਨੂੰ ਕਹੀਏ ਕੌਨਫੀਡੈਂਸ ਸੀ ਉਹ ਇੰਨਾ ਹਾਈ ਲੈਵਲ ਸੀ, ਉਹ ਮਾਰ ਖਾਂਦਾ ਰਿਹਾ ਲੇਕਿਨ ਮੁਕਾਬਲਾ ਕਰਦਾ ਰਿਹਾ। ਉਹਦੀ ਇਸ ਬਹਾਦਰੀ ਛਵੀ ਨਾਲ ਜਿੱਥੇ ਵੀਰ ਰਸ ਪੈਦਾ ਹੋਇਆ ਪੂਰੀ ਸੰਗਤ ਦੇ ਵਿਚਕਾਰ, ਜਿਹਦੇ ਕਰਕੇ ਪਹਿਲੀ ਵਾਰ, ਮੈਨੂੰ ਸਿੱਖ ਮੀਡੀਆ ਕਵਰ ਕਰਦੇ 8-10 ਸਾਲ ਹੋ ਗਏ ਨੇ, ਮੈਂ ਪਹਿਲੀ ਵਾਰ ਦਿੱਲੀ ਦੇ ਅੰਦਰ ਇੰਨੇ ਵੱਡੇ ਲੈਵਲ ਦੇ ਉੱਤੇ ਆਪਣੀ ਕੌਮ ਦਾ ਇਕੱਠ ਦੇਖਿਆ ਜੋ ਸਰਬਜੀਤ ਸਿੰਘ ਦੇ ਮਸਲੇ ਦੇ ਉੱਤੇ ਪੁਲਿਸ ਸਟੇਸ਼ਨ ਮੁਖਰਜੀ ਨਗਰ ਦੇ ਸਾਹਮਣੇ ਇਕੱਠਾ ਹੋਇਆ, ਜਿਹੜਾ ਭੰਨ ਤੋੜਨ ਲਈ ਤਿਆਰ ਸੀ, ਆਪਣੇ ਸੀਸ ਦੇਣ ਨੂੰ ਤਿਆਰ ਸੀ। ਇਹਦੇ ਵਿੱਚ ਜਸਵਿੰਦਰ ਸਿੰਘ ਜੀ ਮੈਂ ਪੁੱਛਣਾ ਚਾਹਾਂਗੇ ਕਿ ਅਜੇ 20 ਸੰਗਤਾਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਨੇ, ਜਾਂ ਕਿ ਇੱਕ ਗੱਲ ਹੋਰ ਸਾਹਮਣੇ ਕਿ ਕੀ ਆਰਮੀ ਨੂੰ 20 ਬੁਲਾਇਆ ਗਿਆ ਸੀ ਕਿ ਜਾਂ ਨਹੀਂ? ਨਹੀਂ 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 ਜੀ, ਆਰਮੀ ਨੂੰ ਨਹੀਂ ਬੁਲਾਇਆ ਗਿਆ ਸੀ, ਉੱਥੇ ਸਪੈਸ਼ਲ ਟਾਸਕ ਫੋਰਸ ਪਹਿਲੇ ਦਿਨ, ਜਿਸ ਦਿਨ ਮਾਹੌਲ ਖਰਾਬ ਸੀ, ਪਹਿਲਾ ਦਿਨ, ਮੈਂ ਫਿਰ ਲਫ਼ਜ਼ ਵਰਤਦੇ ਆ ਪਹਿਲਾ ਦਿਨ, ਅੱਜ ਚੌਥਾ ਦਿਨ ਹੈਗਾ ਇਸ ਮਸਲੇ ਦਾ। ਪਹਿਲੇ ਦਿਨ ਰਾਤੀ ਜਦੋਂ 1-2 ਗੱਡੀਆਂ ਦੀ ਭੰਨ ਤੋੜ ਹੋਈ ਹੈ, ਪੁਲਿਸ ਕਮਿਸ਼ਨਰ ਨੇ ਉੱਥੇ ਆਉਣਾ ਸੀ, ਉਸ ਵੇਲੇ ਸਪੈਸ਼ਲ ਬਲੈਕ ਕਮਾਂਡੋਜ਼ ਦੀ ਡਿਊਟੀ ਲਗਾਈ ਗਈ,
ਜਿਨ੍ਹਾਂ ਨੂੰ ਸਪੈਸ਼ਲ ਡਰੈਸਿਸ ਪਾਈਆਂ ਜਾਂਦੀਆਂ ਨੇ, ਹਾਲਾਂਕਿ ਇੰਡੀਆ ਦੇ ਅੰਦਰ ਜਿੱਥੇ ਵੀ ਕੋਈ ਦੰਗੇ ਦੇ ਹਾਲਾਤ ਹੁੰਦੇ ਨੇ ਤੇ ਰੈਪਿਡ ਐਕਸ਼ਨ ਫੋਰਸ ਲੱਗਦੀ ਹੈਗੀ ਹੈ, ਟੰਗਾ ਰੋਕੂ ਉਹਨੂੰ ਕਹਿੰਦੇ ਨੇ। ਮਗਰ ਪਹਿਲੀ ਵਾਰ ਆਪਾਂ ਵੀ ਦੇਖਿਆ ਮੀਡੀਆ ਚ ਆਉਣ ਦੇ ਬਾਵਜੂਦ ਕਿ ਪਹਿਲੀ ਵਾਰ ਐਸਸੀ ਪੁਲਿਸ ਐਸਸੀ ਫੋਰਸ ਬੁਲਾਈ ਗਈ ਜਿਹਨਾਂ ਨੇ ਸੌਫਟ ਤਰੀਕੇ ਦੇ ਗੱਡੇ ਵਾਲੇ ਡਰੈਸਿਸ ਪਾਈਆਂ ਸਨ ਬਈ, ਜਿਹਨਾਂ ਦੇ ਉੱਤੇ ਇੱਟਾਂ ਦਾ ਅਸਰ ਨਾ ਹੋਵੇ। ਕਿਤੇ ਨਾ ਕਿਤੇ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਬੜੇ ਵੱਡੇ ਲੈਵਲ ਦੇ ਉੱਤੇ ਡਰਿਆ ਹੋਇਆ ਸੀ ਕਿ ਉਹ ਜਿਹੜੀ ਹਜ਼ਾਰਾਂ ਦੀ ਭੀੜ ਹੈ ਥਾਣੇ ਤੇ ਹਮਲਾ ਕਰ ਸਕਦੀ ਹੈ ਜਾਂ ਪੁਲਿਸ ਵਾਲਿਆਂ ਦੇ ਉੱਤੇ ਭੰਨਤੋੜ ਕੀਤਾ ਜਾ ਸਕਦਾ, ਕੋਈ ਵੀ ਹਾਲਾਤ ਵਿਗੜ ਸਕਦੇ ਨੇ। ਸੰਗਤ ਦੇ ਵਿਚਕਾਰ ਉਸ ਗੁਰਸਿੱਖ ਪਰਿਵਾਰ ਦੇ ਲਈ, ਸਰਬਜੀਤ ਸਿੰਘ ਦੇ ਪਰਿਵਾਰ ਦੇ ਲਈ ਇੰਨਾ ਵੱਡਾ ਇਕੱਠ ਪਹਿਲੀ ਵਾਰ ਦੇਖਿਆ, ਜਿਹਨੂੰ ਦੇਖ ਕੇ ਪ੍ਰਸ਼ਾਸਨ ਕਹਿ ਲਈਏ, ਸਰਕਾਰਾਂ ਕਹਿ ਲਈਏ, ਏਜੰਸੀਆਂ ਕਹਿ ਲਈਏ, ਉਹ ਇੰਨੇ ਵੱਡੇ ਲੈਵਲ ਦੇ ਉੱਤੇ ਉਹਦੇ ਖਿਲਾਫ਼ ਹੋ ਗਈ ਹੈ ਕਿ ਹੁਣ ਇੰਡੀਅਨ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ ਉਹਨੂੰ ਕ੍ਰਿਮੀਨਲ ਸ਼ੋਅ ਕਰਨ ਵਾਲਾ। ਔਰ ਇੰਡੀਅਨ ਮੀਡੀਆ ਦੀ ਲੈਂਗੁਏਜ ਜਿਹੜੀ ਕੱਲ੍ਹ ਤੱਕ ਇਹ ਹੈਗੀ ਸੀ ਕਿ ਸਰਦਾਰ ਨੇ ਤਲਵਾਰ ਮਾਰੀ, ਸਰਦਾਰ ਨੇ ਹਮਲਾ ਕੀਆ, ਉਹ ਮੀਡੀਆ ਦੇ ਲਫ਼ਜ਼ ਅੱਜ ਦੀ ਡੇਟ 'ਚ ਹੈਗੇ ਨੇ ਕਿ ਜਿਸ ਸ਼ਖਸ ਕੇ ਲਈ ਲੋਕ ਪਾਗਲੋਂ ਕੀ ਤਰ੍ਹਾਂ ਖੜੇ ਹੋਏ ਥਾਣੇ ਕੇ ਬਾਹਰ, ਉਸਕਾ ਜੋ ਕ੍ਰਿਮੀਨਲ ਰਿਕਾਰਡ ਹੈ ਉਹ ਤੋਂ ਸੁਭਾਵਿਕ ਤੌਰ ਪਰ ਅਪਰਾਧੀ ਹੈ। ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜਾ ਤਲਵਾਰ ਦਾ ਵੀ ਹੈ, ਦੂਸਰੇ ਪਾਸੇ ਇੱਕ ਕਈ ਵਾਰੀ ਆਪਾਂ ਫੋਟੋਆਂ ਦੇ ਵਿੱਚ ਵੇਖਿਆ ਕਿ ਇੱਕ ਪੁਲਿਸ ਵਾਲਾ ਵੀ ਰਿਵੋਲਵਰ ਆਪਣਾ ਤਾਣ ਕੇ ਉਹ ਮੁੰਡੇ ਵੱਲ ਨੂੰ ਇਸ ਤਰ੍ਹਾਂ ਤਾਣਿਆ, ਉਹ ਕੀ ਮਸਲਾ ਹੈ? ਦੇਖੋ ਜਿਸ ਵੇਲੇ ਇੱਥੇ ਇਹ ਬੜੀ ਹਾਸੋਹੀਣੀ ਗੱਲ ਹੈ, ਸਾਡੇ ਸਿੱਖਾਂ ਦੇ ਲਈ ਫਕਰ ਦੀ ਗੱਲ ਹੈ, ਸਰਕਾਰ ਦੇ ਲਈ ਹਾਸੋਹੀਣੀ ਗੱਲ ਕੀ ਹੈ ਕਿ ਜਦੋਂ ਉਹਨਾਂ ਉਸ ਸਰਬਜੀਤ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਕਿਰਪਾਨ, ਮੈਂ ਫਿਰ ਕਿਰਤਲਾ ਸਾਡੇ ਨੋਟਿਸ ਵਿੱਚ ਲਿਆਉਣਾ ਚਾਹੁੰਦਾ, ਉਹਨਾਂ ਨੇ ਆਪਣੀ ਕਿਰਪਾਨ ਕੱਢੀ ਜਿਹਨੂੰ ਮੀਡੀਆ ਨੇ ਤਲਵਾਰ ਬਣਾ ਦਿੱਤਾ, ਉਹਨਾਂ ਨੂੰ ਕਿਰਪਾਨ ਔਰ ਤਲਵਾਰ ਦਾ ਡਿਫਰੈਂਸ ਹੀ ਨਹੀਂ ਅੱਜ ਤੱਕ ਸਮਝ ਆਇਆ, ਕਿਉਂਕਿ ਉਹਨਾਂ ਦੀ ਸੋਚ ਸਿਰਫ ਸਿਰਫ ਸਰਬਜੀਤ ਸਿੰਘ ਨੂੰ ਬਦਨਾਮ ਕਰਨ ਦੀ ਸੀ। ਜਿਸ ਵੇਲੇ ਦੇਖੋ ਉਸ ਵੀਡੀਓ ਹਰ ਕਈ ਐਂਗਲ ਦੀ ਵੀਡੀਓ ਅਲੱਗ ਅਲੱਗ ਲੋਕਾਂ ਵੱਲੋਂ ਬਣਾਈਆਂ ਆਈਆਂ, ਪੁਲਿਸ ਵਾਲਿਆਂ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਸੀ ਕਿ ਸਰਬਜੀਤ ਸਿੰਘ ਨੂੰ ਹੱਥ ਪਾ ਸਕਣ, ਤੇ ਜਿਸ ਵੇਲੇ ਉਹਦੇ ਪੁੱਤਰ ਨੇ ਆਪਣੀ ਗੱਡੀ ਲਿਆ ਕੇ ਵਿਚਕਾਰ ਠੋਕੀ ਆਪਣੇ ਪਿਓ ਨੂੰ ਬਚਾਉਣ ਦੇ ਲਈ, ਪੁਲਿਸ ਵਾਲਿਆਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਆਪਾਂ ਇਹ ਹੈਂਡਲ ਕਿਵੇਂ ਕਰੀਏ ਪਿਓ। ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣੀ ਚਾਹਾਂਗਾ ਵੀ ਪਿੱਛੇ ਜਿਹਾ ਮਸਲਾ ਪਹਿਲਾਂ ਇੱਥੋਂ ਸ਼ੁਰੂ ਹੋਇਆ ਸੀਗਾ ਕਿ ਪੁਲਿਸ ਵਾਲੇ ਰਿਸ਼ਵਤ ਮੰਗ ਰਹੇ ਆ, ਕਿ ਉਹ ਉਸ ਮਾਮਲੇ ਵਿੱਚ ਕਿੰਨੀ ਸੱਚਾਈ ਆ? ਦੇਖੋ ਜੀ, ਇਸ ਚੀਜ਼ ਦਾ ਸਭ ਤੋਂ ਵੱਡਾ ਰਿਕਾਰਡ ਹੈਗਾ, ਇੱਥੇ ਮੈਂ ਨਾਮ ਲੈ ਕੇ ਕਹਾਂਗਾ, ਪੀਟੀਸੀ ਨਿਊਜ਼ ਚੈਨਲ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਈ ਹੋਈ ਹੈ, ਉਹਨਾਂ ਦੇ ਇੰਟਰਵਿਊ ਦੇ ਅੰਦਰ ਉਸ ਗੱਡੀ ਦਾ ਮਾਲਿਕ ਜਿਹੜਾ ਇੱਕ ਹਿੰਦੂ ਭਰਾ ਹੈਗਾ ਵੇ, ਮੈਨੂੰ ਨਾਮ ਧਿਆਨ ਨਹੀਂ, ਮੈਂ ਮਾਫੀ ਚਾਹੁੰਦਾ, ਉਹ ਲਫ਼ਜ਼ ਖੁਦ ਵਰਤ ਰਿਹਾ ਹੈਗਾ ਕਿ ਰੋਜ਼ ਰੋਜ਼ ਦਾ ਇਨਕਾ ਡਰਾਮਾ ਹੈ, ਇਹਨਾਂ ਨੇ 500 ਰੁਪਏ ਜ਼ਿਆਦਾ ਕੀ ਮੰਗ ਸੀ। ਇਹ ਅਸੀਂ ਨਹੀਂ ਕਹਿ ਰਹੇ, ਇੱਕ ਚੈਨਲ ਨਹੀਂ ਕਹਿ ਰਿਹਾ, ਉਸ ਗੱਡੀ ਦਾ ਮਾਲਿਕ ਕਹਿ ਰਿਹਾ ਹੈਗਾ ਪੀਟੀਸੀ ਚੈਨਲ ਦੇ ਉੱਤੇ। ਠੀਕ ਹੈ ਜੀ, ਤੇ ਉਸ ਰਿਸ਼ਵਤ ਦਾ ਸਬੂਤ ਦੇ ਉੱਤੇ ਆਲਰੇਡੀ ਹੈਗਾ, ਦੋ ਚਸ਼ਮਦੀਦ ਗਵਾਹ ਨੇ ਵੀ ਉੱਥੇ ਇਹੋ ਗੱਲ ਕੀਤੀ, ਜਿਹਨਾਂ ਚ ਸਾਡੇ ਹਿੰਦੂ ਭਰਾਵੇ ਤੇ ਸਿੱਖ ਭਰਾ ਜਿਹੜਾ ਜਿਹਨਾਂ ਦੀ ਦੁਕਾਨਾਂ ਉੱਤੇ ਸਨ, ਜਿਹੜੇ ਚਸ਼ਮਦੀਦ ਗਵਾਹ ਨੇ, ਉਹਨਾਂ ਨੇ ਵੀ ਕਹਿ ਕੇ ਕਿ ਰਿਸ਼ਵਤ ਦੇ ਮੁੱਦੇ ਦੇ ਉੱਤੇ ਝਗੜਾ ਆਇਆ, ਪੁਲਿਸ ਨੇ ਰਿਸ਼ਵਤ ਦੇ ਮਸਲੇ ਨੂੰ ਗੋਲ ਕਰ ਦਿੱਤਾ, ਪੁਲਿਸ ਨੇ ਸਿੱਖਾਂ ਦੇ ਉੱਤੇ ਇਸ ਜਲਵਾਨਾ ਤਰੀਕੇ ਨਾਲ ਛਾਤੀ ਤੇ ਚੜ ਕੇ 10-10 ਬੰਦੇ ਉਹਨੂੰ ਮੁੱਕੇ ਮਾਰ ਰਹੇ ਨੇ, ਡੰਡੇ ਮਾਰ ਰਹੇ ਨੇ, ਵੀਡੀਓ ਕਲੀਅਰ ਦੇਖੋ, ਡੰਡਾ ਟੁੱਟ ਜਾਂਦਾ, ਇੰਨੇ ਬੁਰੀ ਤਰੀਕੇ ਨਾਲ ਉਹਨੂੰ ਲਗਾਤਾਰ ਮਾਰਿਆ ਜਾਂਦਾ। ਇਹ ਸਾਰੇ ਮਸਲੇ ਨੂੰ ਦਬਾਉਣ ਦੇ ਲਈ, ਹੋਰ ਸਰਬਜੀਤ ਸਿੰਘ ਨੂੰ ਬਦਨਾਮ ਕਰਨ ਦੇ ਲਈ ਕੋੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ। ਬੇਸ਼ੱਕ ਜਿਹੜਾ ਝਗੜਾ ਸ਼ੁਰੂ ਹੋਇਆ ਕਿ ਉਹ ਰਿਸ਼ਵਤ ਤੋਂ ਹੀ ਸ਼ੁਰੂ ਹੋਇਆ ਜਾਂ ਕਿ ਕੋਈ ਗੱਡੀ ਮਾਰਨ ਤੋਂ ਸ਼ੁਰੂ ਹੋਇਆ, ਕੋਈ ਇਹਦੇ ਬਾਰੇ ਜਿਹੜਾ ਕਲੀਅਰ ਕੀ ਚੀਜ਼ ਆ? ਨਹੀਂ ਜੀ, ਜਿਹੜੀ 5.5 ਮਿੰਟ ਦੀ ਵੀਡੀਓ ਸਾਡੇ ਸਿੱਖ ਚੈਨਲ ਦੇ ਪੇਜ ਉੱਤੇ ਵੀ ਅਵੇਲੇਬਲ ਹੈ, ਦੁਨੀਆ 'ਚ ਵਾਇਰਲ ਹੋ ਚੁੱਕੀ ਹੈ, ਉਸ ਵੀਡੀਓ ਤੋਂ ਕਲੀਅਰ ਹੁੰਦਾ ਹੈ ਕਿ ਗੱਡੀ ਕਿਸੇ ਦੀ ਵੀ ਕਿਸੇ ਦੇ ਨਾਲ ਨਹੀਂ ਟਕਰਾਈ। ਸਰਬਜੀਤ ਸਿੰਘ ਦਾ ਪੁਲਿਸ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ, ਜਿਹਦੀ ਵਜ੍ਹਾ ਗੱਡੀ ਦਾ ਮਾਲਿਕ ਕਹਿ ਰਿਹਾ ਕਿ 500 ਰੁਪਏ ਵਾਧੂ ਰਿਸ਼ਵਤ ਮੰਗੀ ਗਈ ਔਰ ਉਹਨਾਂ ਨੇ ਦੇਣ ਤੋਂ ਇਨਕਾਰ ਕੀਤਾ, ਤੇ ਇਹਦੇ ਬਾਅਦ ਇਹ ਸਾਰਾ ਮਸਲਾ ਸ਼ੁਰੂ ਹੋਇਆ। ਠੀਕ ਹੈ ਜੀ, ਗੱਲਾਂ ਸਰਬਜੀਤ ਜਸਵਿੰਦਰ ਸਿੰਘ ਜੀ, ਠੀਕ ਹੈ। ਮੈਂ ਇੱਥੇ ਮਾਫੀ ਚਾਹੁੰਦਾ ਜੀ, ਮੈਂ 1 ਮਿੰਟ ਦਾ ਸਮਾਂ ਹੋਰ ਲਵਾਂਗਾ। ਜੀ ਜੀ, ਜਿਸ ਸਰਬਜੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਮੋਦੀ ਖੂਬੀਆਂ ਤੇ ਇੱਕ ਲਾਈਨ ਮੈਂ ਜ਼ਰੂਰ ਵਰਤਾਂਗਾ, ਕਿਉਂਕਿ ਇਹ ਕੌਮ ਤੱਕ, ਦੁਨੀਆ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਸੱਚ, ਤੇ ਸਭ ਤੋਂ ਪਹਿਲਾਂ ਅਸੀਂ ਸਿੱਖ ਚੈਨਲ ਦੇ ਪਲੇਟਫਾਰਮ ਦੇ ਉੱਤੇ ਡਰ ਰਿਹਾ। ਸਰਬਜੀਤ ਸਿੰਘ ਗੁਰਦੁਆਰਾ ਨਾਨਕ ਪਿਆਊ ਜਾਣ ਵਾਲੀ ਹਰ ਸੰਗਤ ਨੂੰ ਫ੍ਰੀ ਸੇਵਾ ਦੇਣ ਵਾਲਾ ਬੰਦਾ ਵੇ, ਸਰਬਜੀਤ ਸਿੰਘ ਕੱਚੀ ਲੱਸੀ ਦੀ ਸੇਵਾ, ਲੋਕਾਂ ਨੂੰ ਜਲ ਛਕਾਉਣ ਵਾਲਾ ਬੰਦਾ ਵੇ। ਔਰ ਜਿਸ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਝਗੜੇ ਦੀ ਗੱਲ ਕੀਤੀ ਜਾਂਦੀ ਹੈਗੀ ਹੈ, ਸਰੋਵਰ ਦੇ ਕੰਢੇ ਬੈਠ ਕੇ ਰੋਜ਼ ਸਵੇਰੇ ਉੱਥੇ ਨਿਤਨੇਕਤਾ ਪਾਠ ਕਰਨ ਵਾਲਾ ਬੰਦਾ ਵੇ, ਇਹੋ ਜਿਹੇ ਗੁਰਸਿੱਖ ਬੰਦੇ ਦੀ ਇਮੇਜ ਜਿੱਥੇ ਖਰਾਬ ਕੀਤੀ ਜਾ ਰਹੀ ਹੈ, ਤੇ ਦੂਜਾ ਉਹਨਾਂ ਨੂੰ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਲਾਈਵ ਅੱਜ ਇੱਕ ਬੇਨਤੀ ਕਰਨਾ ਚਾਹਾਂਗਾ ਪੂਰੇ ਵਰਲਡ ਦੇ ਸਿੱਖ ਸੰਗਤਾਂ ਨੂੰ, ਮਾਫੀ ਮੰਗ ਕੇ ਮੈਂ ਟਾਈਮ ਤੁਹਾਡੇ ਕੋਲ ਐਕਸਟਰਾ ਲਿੱਤਾ ਹੈਗਾ, ਤੁਸੀਂ ਵੀ ਇੱਥੇ, ਅਸੀਂ ਵੀ ਇੱਥੇ, ਲੋਕੀ ਸਾਡੀ ਇਸ ਲਾਈਵ ਨੂੰ ਯਾਦ ਕਰਨਗੇ, ਸਾਜਿਸ਼ ਚੱਲ ਰਹੀ ਹੈ,
कि उसकी इमेज खराब कर दी जाए। 15 दिन बाद महीने बाद अचानक खबर आएगी एक चार्जशीट ए प्यो पुत्र के खिलाफ की जाएगी और इन बेचारे मासूम प्यो पुत्रा अरेस्ट करके जेलों के पिछले 307 का केस पा के बंद कर दिया जाएगा। माफ करना उस ना दिल्ली सिख उदार प्रबंधक कमेटी इन्हों खड़ेगी ना कौम खड़ी करेगी। इस वे जरूरत हैगी है असी पूरी सिख कौम सरबजीत सिंह के हक खड़ा करिए उन्होंने सपोर्ट ही चाहिए उन्हों की लीगल सपोर्ट देिए जो उन्होंने किसी भी तौर पर नहीं मिल रही हैगी। लीडर की गेम चल रही है संगत परेशान है मगर वो गुरु के प्यो पुत्र जिन्होंने अपनी जान तली से धर के सिखा का गौरवमय रूप कौम की दुनिया के अगे खड़ा किया जिंदगी आने वाले समय के खतरे च है जिंदा सानू सोचना चाहिए। ठीक है जी जसिंदर सिंह जी बहुत बहुत धन्यवाद करते हैं जी। वाहेगुरु जी का खालसा वाहेगुरु जी की फतेह। सन सरदार जसविंदर सिंह जी साढ़े दिल्ली वाले पत्रकार जिन्होंने बिल्कुल बेरवे दे नाल तुहानूं पूरी कहानी जिहड़ी आ उह दसी आ। पर देखो इत्थे संगतां जिहड़ियां अजे भी उत्थे प्रोटेस्ट कर रही ने कि इन्हां नूं बिल्कुल इंसाफ मिलना चाहीदा है। तो मीडिया ते भी की कुछ हो रहा अपने सामने आ रहा वा असीं तुहानूं इस तों बाद जिहड़ी अज दी बिल्कुल लेटैसट जिहड़ी साडे कोल फाइल पहुँची है असीं वो बिल्कुल तुहानूं वो क्लिप जिहड़ा वो अज दे वकील जिहड़े ने उन्होंने एक जिहड़ी फाइल दर्ज की है ते ओ दे विच तुहानूं असीं दिखाउने आ कि उन्होंने कोर्ट दे कोल जाके कि फाइल दर्ज की आ की होया। आओ वो क्लिप तुहानूं अजे बिल्कुल ताज़ा लेटैसट जिहड़ा साडे कोल पहुँचा वो तुहानूं दिखाउने आ जी। वाहेगुरू जी का खालसा वाहेगुरू जी की फतेह। इस वक्त असी पहुँचे हाँ तरन तरन गुरु तेग बहादुर साहब महाराज जी की पवित्र धरती रकाबगंज गुरद्वारा साहब। गुरु साहब का शुकराना करन कि अज एक हाई कोर्ट से जनहित याचिका दायर की गई जिन्होंने कोर्ट ने एक्सैप्ट किया और जोड़ा मुखर्जी नगर का केस है और उत्ते हाई कोर्ट ने दिल्ली पुलिस को फटकार लगाई है। मैं दास खुद नाल इकबाल वीर जी नाल पवनीत सिंह जी अभी तीनों इतने पहुँचे और जोड़े वकीलों ने वकीलों पैन इस कोर्ट के अपील की जनहित याचिका वो साढ़े नाल इस वक्त है। मैं तुहानूं उन्होंने नाल रूबरू करावांगा। सरदार मनजीत सिंह चुग जी जिन्होंने एक पटीशन लगाई है एक सीमा सिंगल जी के कोल एप्लीकेशन लगाई है। अशलीन कौर एच एस ओडी जी मैं हमने तुहानूं लाइव उन्होंने करा तुसीं देखो जी ने। हाँ वीर जी वाहेगुरु जी का खालसा वाहेगुरू जी की। अपने सोढ़ी साहब जिन्होंने पटीशन लगाई है अरलीन कौर जी अशलीन और साढ़े मनजीत सिंह चुग जी ए तुहानूं आपे पूरी डिटेल दसणगे कि इन्होंने कोर्ट की कार्रवाई किस तरीके नाल कीती जी। हाँ जी वीर जी अज दो पटीशन फाइल हुई ने ते मैंशन किया गया कोर्ट नूं सवेरे इस तरह मैटर हैगा ते कोर्ट ने आफ्टर लंच उन्हूं रख दिता। उस तो बाद जो कोर्ट ने सुनिया स्टार्टिंग मैटर होया एक एडवोकेट साहब भी सी उन्होंने पूरा मैटर ब्रीफ किया। सब तो पहले कोर्ट ने वीडियो देखी दो बार कोर्ट वीडियो चली है पूरी लैपटॉप से कोर्ट ने अपने रूम च भी चलानी चाहिए लेकिन वो नहीं चल पाई। कोर्ट बड़े गुस्से से कि सिर्फ तीन बंद के खिलाफ हले तक FIR तीन हुए ने उन्होंने बड़ी कोशिश की कि भाई अपना अपना कि डिफेंड करन दी कि भी अपना पुलिस ने FIR दर्ज करती है कि क्राइम ब्रांच नूं शिफ्ट करता मैटर लेकिन कोर्ट सैटिस्फाई नहीं सी। उन्होंने फिर क्या कि भी जदों बंदे नूं फड़ लिता सी ते फिर लत्तां नाल पैरां नाल डंडियां नाल क्यों कुटिया गया ए दिल्ली दी स्मार्ट पुलिस दा हाल है वर्दी वाली पुलिस दा हाल हैगा बिल्कुल बर्दाश्त नहीं होएगा कार्रवाई की जाएगी। कोर्ट जिहड़े दिल्ली पुलिस के वकील ने उन्होंने भी बड़ी चाड़ पई हैगी है कि तुम किस तरह खड़े हो इन्होंने नाल तुहानूं मैटर ही नहीं पता तो कोर्ट बड़ी गुस्से से। फिर आया छोटे बच्चे का काम नाम तो उन्होंने कहा इस बच्चे नूं मारे माइनर बच्चा हैगा सी तुसीं उहदे नाल भी मतलब इन्ना जुर्म किया हैगा तो कोर्ट बड़ी नाराज सी और उन्होंने अगले हफ्ते 2 तरीक का टाइम दे दिता हैगा जुलाई का। ਜਿਹੜੀ ਪਟੀਸ਼ਨ ਲਗਾਈ ਗਈ ਮਨਜੀਤ ਵੀਰ ਜੀ ਤੁਹਾਡੇ ਵੱਲੋਂ ਅਲੱਗ ਲਗਾਈ ਗਈ ਕੋਈ ਦੋ ਪਟੀਸ਼ਨਾਂ ਅਲੱਗ ਅਲੱਗ ਲੱਗੀ ਹੈ ਜੀ ਵਕੀਲ ਸਾਹਿਬ ਨੇ ਸਵੇਰੇ ਪਹਿਲੇ ਮੈਂਸ਼ਨ ਕਰਤਾ ਸੀ ਉਸ ਤੋਂ 2 ਮਿੰਟ ਬਾਅਦ ਹੀ ਮੈਂ ਵੀ ਮੈਂਸ਼ਨ ਕੀਤਾ ਅਤੇ ਕੋਰਟ ਨੇ ਕਿਹਾ ਅਸੀਂ ਸੁਣ ਰਹੇ ਹਾਂ ਇਕੱਠੇ ਕਰ ਦਿਓ। ਠੀਕ ਹਾਂ ਵੀਰ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ।
देखो इस विच दो पटिशनर सन, एक तुहाडे सामने सन मनजीत सिंह चुक ते एक डॉक्टर सीमा सिंगल। असी उन्हां दी तरफों सीगे, असी कोर्ट च दिखाई वो वीडियो, दिखाई कोर्ट ने वो वीडियो देखी, 10 मिनट कोर्ट ने ला के देखी वो वीडियो। तो देखने तो बाद कोर्ट एकदम दिल्ली पुलिस के जिहड़े वकील सन, स्टैंडिंग काउंसिल सन, उन्हां दे उत्ते बड़ी गुस्से नाल पई कि भई ये तुसी वीडियो देखी है, ये वायरल हुई है, तो तुसी ये वीडियो देखी है कि किसी माइनर बच्चे नू ते एक नू जिहड़ा एक ड्राइवर है उन्हूं इतना बुरी तरह मारिया, चाहे कोई भी गल होवे, चाहे किस तरह के सरकमस्टांसिस क्यों ना हो, तुसी बहुत ही बुरी तरह मारिया। ये दिल्ली पुलिस का हाल है, ये इस तरह नहीं हो सकता कि ये कह कि स्टेटस रिपोर्ट फाइल करो, तो सिर्फ एक्शन अजय उन्होंने कहा कि सिर्फ 3 असी सस्पेंड कर दिता है, तो उन्होंने कहा कि इस वीडियो में क्लीयरली दिख रहा है कि 5 to 6 पुलिस वाले है, फिर उस तो बाद 10 पुलिस वाले आ गए, तो सिर्फ तुसी 3 के उत्ते कार्रवाई की है, यह क्यों किया है, तुसी बाकी दे तुसी रिपोर्ट फाइल करो। तो पुलिस जिहड़ा उन्हां दा वकील सी, जिहड़ा स्टैंडिंग काउंसिल सी, जिहड़ा तिन्हां दी तरफों सीगा कि जिहड़ा दिल्ली पुलिस दी तरफों DCP नॉर्थ नूं भी पार्टी बनाया सीगा, दिल्ली पुलिस नूं कमिश्नर दे थ्रू भी पार्टी बनाया सी, यूनियन ऑफ इंडिया नूं भी पार्टी बनाया सी, उन्हां दे वकील ने भी कहा कि जी ये बड़ी शर्मनाक बात है, कि हम कोर्ट से बिल्कुल एग्री करते हैं कि बहुत ही शर्मनाक ये बात हुई है, और इतनी बुरी तरह जो कि पीटा और यूनिफॉर्म जो है उसका मिसयूज़ हुआ है, तो इस बात का उन्होंने भी पुष्टिकरण किया है, और वहाँ पे सभी सीनियर पुलिस ऑफिसर सभी वहाँ मौजूद थे। देखो अज जी कोर्ट का फैसला आया उस तो बाद सिर्फ सिख पंथ की जित नहीं हुई, एक इंसानियत की जित हुई है, क्योंकि जिस तरीके पुलिस वाले ने कुटमार की सी वो मतलब किसी भी तरीके जस्टिफाइड नहीं सी। कुछ लोग कह रहे थे जी उन्हें किरपान कड़ी, किरपान तो मारिया, देखो उन्हें अपने बच्चे नू जिहड़ा 15 साल का सीगा उन्हूं बचाने लिए किरपान कड़ी सी, उन्हें अपने आप नू बचाने लिए या उन्होंने पुलिस वाले तो अटैक करने लिए नहीं किरपान कड़ी सी, क्योंकि पुलिस वाले ने पहले जिवें देखा तो रिवॉल्वर कड़ी, एक पुलिस वाला AK-47 या AK-56 सी जी मोटे से टंग के लैके आया सीगा, तो अपने 15 साल के छोटे बच्चे नू बचाने लिए उन्हें किरपान कड़ी सी, ना कि पुलिस वाले ते अटैक करने लिए, तो जिदे वच पुलिस ने उन्होंने बिल्कुल बरबर तरीके लठियां नाल मारा, इन्नी तेज़ मारिया कि उन्होंने छोटियां टूट गई, लेकिन वो फिर भी मारन तो नहीं हटे, तो एक तरीके की एक जित है, तो पुलिस ने एक नसीहत मिली है कि तुसी अगर कोई गैर कानूनी कम करोगे तो वो कि कोर्ट ऑफ लॉ है, हाई कोर्ट है, जिदे कि तुसी कोई गलत नजायज किसी नाल कर नहीं सकते, अगर करोगे तो कोर्ट से तुहानू सज़ा मिलेगी, तो एक तरीके की जित हैगी है। तो इसकी डेट 2 जुलाई दी है जिस विच सारे अपनी रिपोर्ट फाइल करनगे, तो कोर्ट बाद विच उन्हां दी सुन के कोई इस विच डायरेक्शन देगा, नॉर्म्स देगा कि इदा नहीं होना चाहिदा, दिल्ली पुलिस नूं इदा नहीं करना चाहिदा, ते सारे सिटीजन जिहड़े ने दिल्ली पुलिस जिहड़ी है वो हीरो वांगू काम करना चाहिदा है, वो इदा नहीं कर सकती, बहुत ही गलत हैगा जिहड़ा कि एक्सेप्टेबल नहीं है, ते इस विच रिपोर्ट फाइल करन लई कहा इमीडिएट इफेक्ट विच विद इन अ वीक, ते वो हुण फाइल करनगे, देखियो 2 जुलाई नूं की कहिंदा है कोर्ट, सुन के बहस दोनों तरफा ली ते कोर्ट की कहंदा है, अज दा रवैया उनां दे खिलाफ बड़ा ही सख्त सी। इकबाल वीर जी तुसीं की कहना चाहोगे? वाहिगुरू जी का खालसा, वाहिगुरू जी की फतेह। सारी अपडेट साडे वकील साहब अच्छा सोडी साहब ने दिती है, ते साडे छोटे वीर अवनीत सिंह जी ने भी दे दिती है, बाकी ज्यादा कुछ कहने की लोड़ नहीं है। एक गल तुहानूं होर दस दईए कि जिहड़ा ये पहली बारी 11 साल तो बाद पहली बारी जिहड़ा है ये पुलिस दे उत्ते मुकदमा दर्ज होया, जो मुकदमा 11 साल बाद पहली बारी पुलिस के उत्ते दर्ज होया, ये शर्मनाक गल हैगी है, देश विदेश की संगत ये सारिया देख रही ने। बाकी विवेक जी तुसी आप जी आप अपनी अपडेट दे दीजिए। वाहेगुरु जी का खालसा, वाहेगुरू जी की फतेह। मैं उस अकाल पुरख के चरणों से अरदास करदा कि साढ़े वीरां नूं चढ़दी कला बख्शन, जिन्होंने बहुत वधिया डिसीजन लैके अज हाईकोर्ट के पटीशन लगाई है, और असी पूरा विश्वास करते हैं हिंदुस्तान की न्यायपालिका से कि वह इस जो मसला मुखर्जी नगर होया इन पूरा न्याय करेंगे, इंसाफ करेंगे। वाहेगुरू जी का खालसा, वाहेगुरू जी की फतेह। सो आपां वेख्या कि जो अज की अपडेट आ वो अपने कोल की है, तो ये अज दियां तस्वीरां भी बिल्कुल अज दियां ने जिहड़ी उत्थे इस वेले बिल्कुल प्रोटेस्ट हो रहे हैं। सो मैं दूसरे पासे नूं जावां, अपना दूसरा मुद्दा जिहड़ा है उहदे वल नूं आपां चलीए। सो उहदे विच इक देखिया गया कि डिस्ट्रिक्ट लुधियाणा दे विच हैडों बेट पिंड जिहड़ा हैगा आ
ਉਹਦੇ ਵਿੱਚ ਇੱਕ ਬੜੀ ਪੁਰਾਣੀ ਜਿਹੜੀ ਮਸੀਤ ਆ ਉਹ ਖੜੀ ਆ ਜੋ ਕਿ ਪਾਰਟੀਸ਼ਨ ਤੋਂ ਪਹਿਲਾਂ ਦੀ ਹੈ ਕਿ ਜਦੋਂ ਉਸ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰਾ ਜਿਹੜਾ ਉਹ ਰਿਹਾ ਕਰਦਾ ਸੀਗਾ ਅਤੇ ਉਹ ਆਪਣੀ ਉੱਥੇ ਜਾ ਕੇ ਨਮਾਜ਼ ਵਗੈਰਾ ਜੋ ਪੜ੍ਹਿਆ ਕਰਦੇ ਸੀਗੇ। ਸੋ ਇਹ ਜਿਹੜਾ ਮਸਲਾ ਹੈਗਾ, ਇਹ ਜਿਹੜਾ ਗੱਲ ਆ, ਇਹਦੇ ਵਿੱਚ ਕੀ ਹੋਇਆ ਕਿ ਹੋ ਸਕਦਾ ਕਿ ਪਿੰਡ ਵਾਲਿਆਂ ਨੇ ਜਾਂ ਕੁਛ ਬੰਦਿਆਂ ਨੇ ਉਹਨੂੰ ਢਾਉਣ ਦਾ, ਉਹਨੂੰ ਡੈਮੋਲਿਸ਼ ਕਰਨ ਦਾ ਜਿਹੜਾ ਫੈਸਲਾ ਲਿਆ ਹੋਵੇ ਕਿ ਹੁਣ ਜਿਹੜਾ ਇਹ ਮਸੀਤ ਆ ਬਿਲਕੁਲ ਪੁਰਾਣੀ ਹੋ ਚੁੱਕੀ ਆ ਅਤੇ ਇਹਨੂੰ ਢਾ ਦਿੱਤਾ ਜਾਵੇ। ਅਤੇ ਪਰ ਉਸ ਪਿੰਡ ਦੇ ਸਰਪੰਚ ਨੇ ਅਤੇ ਕੁਝ ਜਿਹੜੇ ਸਿਆਣੇ ਬੰਦੇ ਨੇ ਤਕਰੀਬਨ ਜਿਨ੍ਹਾਂ ਦੀ ਉਮਰ 80 ਦੇ ਲਾਗੇ ਛਾਗੇ ਜਾਂ ਇਸ ਤੋਂ ਵੀ ਉੱਪਰ ਵੀ ਹੋਏਗੀ, ਆਸ ਪਾਸ ਹੋਏਗੀ, ਉਹਨਾਂ ਬੰਦਿਆਂ ਨੇ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜੀ ਇਹ ਮਸਕੂ ਹੈਗੀ ਆ ਇਹਨੂੰ ਬਿਲਕੁਲ ਅਸੀਂ ਡੈਮੋਲਿਸ਼ ਨਹੀਂ ਕਰਨ ਦਿਆਂਗੇ, ਇਹਨੂੰ ਢਾਉਣ ਨਹੀਂ ਦਿਆਂਗੇ। ਕਿਉਂ? ਉਹਨਾਂ ਨੇ ਕਿਹਾ ਕਿ ਇਹ ਇੱਕ ਰੱਬ ਦਾ ਘਰ ਆ ਅਤੇ ਰੱਬ ਦਾ ਘਰ ਹੋਣ ਕਰਕੇ ਇੱਕ ਮੁਸਲਮਾਨ ਭਾਈਚਾਰੇ ਦੀ ਅਮਾਨਤ ਆ। ਜਦੋਂ ਕੋਈ ਵੀ ਆਏਗਾ ਉਹ ਆਪਣੇ ਇਸ ਪਿੰਡ ਦੇ ਵਿੱਚ ਵੇਖਣ ਵਾਸਤੇ ਆਏਗਾ ਅਤੇ ਉਹ ਜ਼ਰੂਰ ਜਿਹੜਾ ਇਹ ਆਪਣੀ ਮਸੀਤ ਦੇਖੇਗਾ ਜਿੱਥੇ ਕਿ ਉਹ ਨਵਾਜ਼ ਪੜ੍ਹਦੇ ਗਏ ਨੇ, ਕੋਈ ਸਿਆਣਾ ਆਏਗਾ। ਆਓ ਤੁਹਾਡੇ ਨਾਲ ਅਸੀਂ ਪਹਿਲਾਂ ਇੱਕ ਕਲਿੱਪ ਇਸ ਬਾਰੇ ਸਾਂਝਾ ਕਰਦੇ ਹਾਂ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ, ਵੇਖੀਏ ਆਪਾਂ ਇੱਕ ਕਲਿੱਪ ਜੀ। Muslims left Indian state Punjab in 1947, but mosques are still standing tall. ਬਾਬਾ ਜੀ ਮਸਜਿਦ ਕਿੰਨੇ ਕੁ ਸਾਲ ਪੁਰਾਣੀ ਹੈ? ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਇਹ 1910 ਦੀ ਬਣੀ ਹੈ। ਸ਼ੁਰੂ ਤੋਂ ਜਦੋਂ ਪਾਕਿਸਤਾਨ ਪਹਿਲਾਂ ਦੀ ਬਣੀ। ਹੁਣ ਪਿੰਡ 'ਚ ਕੋਈ ਮੁਸਲਮਾਨ ਰਹਿੰਦੇ ਜੀ? ਪਿੰਡ 'ਚ ਕੋਈ ਨਹੀਂ ਮੁਸਲਮਾਨ ਹੁੰਦੇ। ਕੋਈ ਮੁਸਲਮਾਨ ਨਹੀਂ ਪਿੰਡ 'ਚ? ਮੁਸਲਮਾਨ ਹੈਗਾ ਕੋਈ? ਨਹੀਂ, ਕੋਈ ਨਹੀਂ ਜੀ। ਫਿਰ ਤੁਸੀਂ ਇਹ ਮਸਜਿਦ ਖੜੀ ਆ, ਤੁਹਾਡੇ ਮਨ 'ਚ ਨਹੀਂ ਆਇਆ ਕਦੇ ਵੀ ਢਾ ਦੀ? ਨਾ ਨਾ, ਰੱਬ ਦਾ ਘਰ ਹੈ। ਇਹ ਗੁਰਦੁਆਰਾ ਬਣਾ ਲਿਆ, ਗੁਰਦੁਆਰੇ ਵਾਸਤੇ ਮੈਂ ਢਾਣ ਨਹੀਂ ਦਿੱਤੀ। ਮੈਂ ਕਿਹਾ ਵੀ ਖੁਦਾ ਦਾ ਘਰ ਰੱਬ ਦਾ ਘਰ ਹੈ, ਕਿਸੇ ਦਾ ਧਰਮ ਸਥਾਨ ਅਸੀਂ ਨਹੀਂ ਢਾਣਾ, ਆਪਣੇ ਆਪ ਡਿੱਗ ਜੇ ਪਿਆ ਡਿੱਗ ਜੇ। ਤੁਹਾਡੇ ਮਨ 'ਚ ਕਦੇ ਵਿਚਾਰ ਨਹੀਂ ਹੈ ਵੀ ਇੱਥੇ ਮੁਸਲਮਾਨ ਨਹੀਂ ਹੈਗੇ ਵੀ ਮਸਜਿਦ ਢਾ ਦਈਏ ਜਾਂ ਕੁਛ ਕਰ ਦਈਏ? ਨਾ ਜੀ ਨਾ। ਯੂਪੀ ਸਾਈਡ ਬਾਬਰੀ ਮਸਜਿਦ ਸਿੱਟੀ ਦੀ ਮੁਸਲਮਾਨਾਂ ਦੀ, ਹਿੰਦੂਆਂ ਨੇ, ਉਹ ਬੇਵਕੂਫ ਲੋਕ ਨੇ, ਉਹ ਬੇਵਕੂਫ ਲੋਕ ਨੇ, ਉਹ ਕਿਸੇ ਦੇ ਧਰਮ ਵਿੱਚ ਦਖਲ ਦਿੰਦੇ ਨੇ, ਅਸੀਂ ਕਿਸੇ ਦੇ ਧਰਮ 'ਚ ਦਖਲ ਨਹੀਂ ਦਿੰਦੇ, ਧਰਮ ਸਾਰਿਆਂ ਦਾ ਆਪੋ ਆਪਣਾ। ਬਸ ਠੀਕ ਹੈ, ਉਹਨਾਂ ਤਾਂ ਪਈ ਹੈ ਚੀਜ਼, ਜੇ ਬੁਰਾ ਇੱਥੇ ਆਵੇ ਤਾਂ ਬੀਬੀ ਸੰਘ ਨਹੀਂ ਬੈਠ ਸਕਦਾ, ਬਾਕੀ ਅਸੀਂ ਉਹਦੀ ਹਿਫਾਜ਼ਤ ਵੀ ਕਰ ਦਿਆਂਗੇ, ਜੇ ਬੁਰਾ ਹੈ ਤਾਂ ਉਹਨੂੰ ਰੋਟੀ ਪਾਣੀ ਵੀ। Muslims left Indian state Punjab in 1947, but mosques are still standing tall. ਬਾਬਾ ਜੀ ਮਸਜਿਦ ਕਿੰਨੇ ਕੁ ਸਾਲ ਪੁਰਾਣੀ ਹੈ? ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਇਹ 1910 ਦੀ ਬਣੀ ਹੈ। ਸ਼ੁਰੂ ਤੋਂ ਜਦੋਂ ਪਾਕਿਸਤਾਨ ਪਹਿਲਾਂ। ਦੇਖਿਆ ਆਪਾਂ ਕਿ ਇਹ ਪਿੰਡ ਦੇ ਸਰਪੰਚ ਸਾਹਿਬ ਜੀ ਵੀ ਬੋਲ ਰਹੇ ਸਨ ਅਤੇ ਅੰਮ੍ਰਿਤਧਾਰੀ ਬਿਲਕੁਲ, ਉਹਨਾਂ ਨੇ ਕਿਹਾ ਕਿ ਇਹ ਇੱਥੇ ਗੁਰਦੁਆਰਾ ਬਣਾਉਣ ਦੀ ਵੀ ਗੱਲ ਚੱਲੀ ਸੀ, ਲੇਕਿਨ ਅਸੀਂ ਕਿਹਾ ਵੀ ਨਹੀਂ, ਇਹ ਖੁਦਾ ਦਾ ਘਰ ਆ, ਇੱਥੇ ਗੁਰਦੁਆਰਾ ਨਹੀਂ ਬਣਾਇਆ ਜਾਏਗਾ। ਸੋ ਉਹਨਾਂ ਨੇ ਉਸ ਮਸਕੂ ਜਿਹੜੀ ਹੈ, ਮਸਜਿਦ ਜਿਹੜੀ ਹੈ, ਉਹਨੂੰ ਢਾਉਣ ਤੋਂ ਬਿਲਕੁਲ ਬਚਾ ਲਿਆ। ਉਹਨਾਂ ਨੇ ਕਿਹਾ ਜਿਉਂ ਦੀ ਤਿਉਂ ਹੀ ਇਹ ਰਹੇਗੀ ਅਤੇ ਇਹਨੂੰ ਨਹੀਂ ਬਿਲਕੁਲ ਢਾਇਆ ਨਹੀਂ ਜਾਏਗਾ ਜਿੰਨਾ ਚਿਰ ਸਾਡੀ ਲਾਈਫ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਕਹਿਣ ਤੋਂ ਭਾਵ ਵੀ ਉਹਨਾਂ ਚਿਰ ਤਾਂ ਇਹਨੂੰ ਕੋਈ ਨਹੀਂ ਵੀ ਢਾ ਸਕਦਾ ਅਤੇ ਉਸ ਤੋਂ ਬਾਅਦ ਦਾ ਪਤਾ ਕੋਈ ਨਹੀਂ। ਹਾਂ, ਹੋ ਸਕਦਾ ਕਿ ਇਹਨਾਂ ਦੀ ਜਿਹੜੀ ਸੰਤਾਨ ਆ ਉਹ ਵੀ ਬਿਲਕੁਲ ਇਸੇ ਤਰ੍ਹਾਂ ਹੀ ਇਹਨੂੰ ਫਾਲੋ ਕਰੇ। ਸੋ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਇੱਕ ਭਾਈਚਾਰਾ ਕਾਇਮ ਕਰਨ ਦੀਆਂ ਜਿਹੜੀਆਂ ਮਿਲ ਰਹੀਆਂ ਨੇ। ਸੋ ਆਪਾਂ ਦੇਖਿਆ ਕਿ ਇੱਕ ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਥੇ ਗੁਰਦੁਆਰਾ ਨਹੀਂ, ਜੋ ਖੁਦਾ ਦਾ ਘਰ ਆ ਉਹੀ ਰਹੇਗਾ। ਸੋ ਇਹਨਾਂ ਸਤਿਕਾਰ ਜਿਹੜਾ ਹੈ ਸਿੱਖ ਧਰਮ ਦੇ ਵੱਲੋਂ, ਇਹਨਾਂ ਵੀਰਾਂ ਵੱਲੋਂ, ਪਿੰਡ ਦੇ ਲੋਕਾਂ ਵੱਲੋਂ ਜਿਹੜਾ ਦਿੱਤਾ ਗਿਆ ਹੈ। ਸੋ ਇਹ ਤੋਂ ਬਾਅਦ ਆਪਾਂ ਅੱਗੇ ਅਗਲਾ ਜਿਹੜੀ ਮੁੱਦਾ ਹੈਗਾ ਜੀ ਉਹਦੇ 'ਤੇ ਆਪਾਂ ਚੱਲੀਏ ਕਿ ਅਮੈਰੀਕਾ ਦੇ ਵਿੱਚ ਜਿਹੜਾ ਬਿਲਕੁਲ ਕਿ ਆਪਾਂ ਵੇਖਿਆ ਕਿ ਜਿਹੜਾ ਰਿਲੀਜੀਅਸ ਜਿਹੜੀਆਂ ਵੇਵਰਸ ਨੇ, ਜਿਹੜੀਆਂ ਧਾਰਮਿਕ ਛੋਟਾਂ ਮਿਲੀਆਂ ਨੇ ਅਤੇ ਉਹਦਾ ਲਾਭ ਜਿਹੜਾ, ਕਿਉਂਕਿ ਉਹ 2010 ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ, ਅਤੇ ਉਹਦਾ ਜਿਹੜਾ ਧਾਰਮਿਕ ਲਾਭ ਆ ਜਾਂ ਉਹ ਚੀਜ਼ਾਂ ਦਾ ਲਾਭ ਜਿਹੜਾ ਹੈਗਾ ਆ ਉਹ ਕੌਣ ਉਠਾ ਰਿਹਾ? ਅਤੇ ਸਾਡੇ, ਕਿਉਂਕਿ ਉਹਨਾਂ ਨੇ ਸਾਰੀ ਮਿਨੋਰਟੀਜ਼ ਵਾਸਤੇ ਇਹ ਚੀਜ਼ ਗੱਲ ਕਹੀ ਸੀਗੀ, ਪਰ ਉਹਦੇ ਵਿੱਚੋਂ ਸਾਡੇ ਜਿਹੜੇ ਸਿੱਖ ਬੱਚੇ ਆ ਉਹ ਤਕਰੀਬਨ 14 ਬੱਚਿਆਂ ਨੇ ਹੁਣ ਜਿਹੜੇ ਉਹ US ਆਰਮੀ ਜਿਹੜੀ ਉਹਦਾ ਫਾਇਦਾ ਲਿਆ ਵਾ, ਉਹਦਾ ਲਾਭ ਲਿਆ ਆ ਕਿ ਬਿਲਕੁਲ ਜਿਹੜੇ ਦਾੜ੍ਹੀ ਆ ਜਾਂ ਟਰਬਨ ਆ ਜਾਂ ਕੋਈ ਧਾਰਮਿਕ ਕਾਰ ਆ ਜਿਹੜੇ ਉਹ ਬਿਲਕੁਲ ਉਸੇ ਤਰ੍ਹਾਂ ਰਹਿਣਗੇ ਅਤੇ ਉਹ ਆਰਮੀ ਦੇ ਵਿੱਚ ਹੋ ਸਕਦੇ ਨੇ। ਸੋ ਇਹ ਜਿਹੜੀ ਚੀਜ਼ ਆ ਇੱਕ ਵੇਖਣ ਨੂੰ ਆਪਾਂ ਨੂੰ ਨਵੇਕਲੀ ਜਿਹੜੀ ਉਹ ਮਿਲੀ ਆ ਅਮੈਰੀਕਾ ਦੇ ਵਿੱਚ। ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ ਲੈਫਟੀਨੈਂਟ ਕਰਨਲ ਕਮਲ ਕਲਸੀ
was the first to be granted the religious waivers in 2010. So, oh, 2010 ਦੇ ਵਿੱਚ ਜਿਹੜਾ ਉਹ ਪਹਿਲਾ ਸੀਗਾ ਅਤੇ ਜਿਹੜਾ ਕਿ ਬਿਲਕੁਲ ਪੂਰਾ ਆਪਣੇ ਇਸ ਜਿਹੜੇ ਧਾਰਮਿਕ ਸਾਡੇ ਚਿੰਨ੍ਹ ਨੇ ਉਹਨਾਂ ਦੇ ਨਾਲ ਉਹ ਜਿਹੜਾ ਮਿਲਟਰੀ ਦੇ ਵਿੱਚ ਉਹ ਗਿਆ ਸੀਗਾ US ਮਿਲਟਰੀ ਦੇ ਵਿੱਚ. ਸੋ ਉਹਨਾਂ ਤੋਂ ਬਾਅਦ ਫਿਰ ਜਿਹੜੇ ਸਾਡੇ ਮਾਨਵ ਸਿੰਘ ਸੋਢੀ ਜਿਹੜਾ ਕਿ 17 ਸਾਲ ਦਾ ਹੈ ਅਤੇ ਉਹ ਵੀ ਆਪਾਂ ਵੇਖਿਆ ਕਿ ਉਹਨੇ ਵੀ ਮਨ ਬਣਾਇਆ ਅਤੇ ਉਹਨੇ ਆਖਿਆ ਕਿ ਉਹਦਾ ਜਿਹੜਾ ਬਾਪ ਸੀਗਾ ਅਤੇ ਉਹਦਾ ਬਾਪ ਵੀ ਜਿਹੜਾ ਉਹ ਮਿਲਟਰੀ ਦੇ ਵਿੱਚ ਹੀ ਸੀਗਾ. ਸੋ ਇਸ ਕਰਕੇ ਇੰਸਪੀਰੇਸ਼ਨ ਜਿਹੜੀ ਆ ਉਹ ਆਪਣੇ ਮਾਂ ਬਾਪ ਤੋਂ ਮਿਲੀ. ਸੋਢੀ ਦਾ ਇਹ ਕਹਿਣਾ ਕਿ ਉਹਨੇ ਜਿਹੜੀ ਗ੍ਰੈਜੂਏਸ਼ਨ ਹੈ ਉਹ ਕਿੰਗਸ ਪਾਰਕ ਹਾਈ ਸਕੂਲ ਔਨ ਲੌਂਗ ਆਈਸਲੈਂਡ ਨਿਊਯਾਰਕ ਸਿਟੀ ਇਸ ਸਕੂਲ ਤੋਂ ਉਹਨੇ ਜਿਹੜੀ ਗ੍ਰੈਜੂਏਸ਼ਨ ਉਹਨੇ ਕੀਤੀ ਸੀਗੀ. ਸੋ ਆਪਾਂ ਵੇਖ ਰਹੇ ਹਾਂ ਅਤੇ ਉਹ ਫਿਰ ਉਹਨੇ ਇਹ ਭਾਗ ਲੈਣਾ ਸ਼ੁਰੂ ਕੀਤਾ ਅਤੇ ਉਹਦੇ ਬਾਅਦ ਫਿਰ ਉਹਨੇ ਦੱਸਿਆ ਕਿ ਜਿਹੜੇ ਉਸ ਤੋਂ ਬਾਅਦ ਫਿਰ 12 ਜਿਹੜੇ ਹੋਰ ਬੱਚੇ ਜਿਹੜੇ ਉਹ ਵੀ ਆਏ ਨੇ ਅਤੇ ਉਹਨਾਂ ਨੇ ਵੀ ਜਿਹੜਾ US ਜਿਹੜੀ ਮਿਲਟਰੀ ਹੈ ਉਹਨੂੰ ਜੁਆਇਨ ਕੀਤਾ ਹੈ. ਸੋ ਇਹ ਆਪਾਂ ਵੇਖਿਆ ਇੱਕ ਕਿ ਧਾਰਮਿਕ ਕਕਾਰ ਜਿਹੜੇ ਨੇ ਆਪਣੇ ਬਿਲਕੁਲ ਉਹਨਾਂ ਨੂੰ ਨਾਲ ਰੱਖਦਿਆਂ ਹੋਇਆਂ ਜਿਹੜਾ ਕਿ ਬਿਲਕੁਲ ਮਿਲਟਰੀ ਦੇ ਵਿੱਚ ਉਹਨਾਂ ਨੂੰ ਪਾਉਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਗਈ ਹੈ. ਸੋ ਮੈਂ ਅਗਲੀ ਗੱਲ ਵੱਲ ਚੱਲਾਂ ਕਿ ਪਿਛਲੇ ਦਿਨੀ ਕਾਫੀ ਲੰਬੇ ਟਾਈਮ ਤੋਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਕਿ ਜਿਹੜਾ ਮੇਘਾਲਿਆ ਦੇ ਵਿੱਚ ਇੱਕ ਬੜਾ ਵੱਡਾ ਇਸ਼ੂ ਬਣਿਆ ਹੋਇਆ ਹੈ ਜਿਹੜਾ ਕਿ ਹਰੀਜਨ ਕਲੋਨੀ ਜਿਹੜੀ ਹੈ ਅਤੇ ਉਹਦੇ ਵਿੱਚ ਜਿਹੜੇ ਆਪਣੇ ਸਿੱਖ ਪਰਿਵਾਰ ਰਹਿੰਦੇ ਨੇ ਕਾਫੀ ਲੰਬੇ ਸਮੇਂ ਤੋਂ ਤਕਰੀਬਨ 150 ਤੋਂ 200 ਸਾਲ ਦਾ ਸਮਾਂ ਉਹਨਾਂ ਨੂੰ ਉੱਥੇ ਰਹਿੰਦੇ ਨੂੰ ਹੋ ਗਿਆ ਹੈਗਾ ਅਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖ ਰੈਜੀਡੈਂਟਸ ਆਫ ਸ਼ਿਲੋਂਗਸ ਹਰੀਜਨ ਕਲੋਨੀ ਹੈਵ ਬੀਨ ਰਿਫਿਊਜ਼ਿੰਗ ਟੂ ਬੀ ਰੀਲੋਕੇਟਡ ਬਾਏ ਦਾ ਮੇਘਾਲਿਆ ਗਵਰਨਮੈਂਟ. ਉਹਨਾਂ ਨੇ ਕਿਹਾ ਅਸੀਂ ਨਹੀਂ ਉੱਠਾਂਗੇ ਅਤੇ ਕਿਉਂਕਿ ਉਹਨਾਂ ਦਾ ਇੱਕ ਹੱਕ ਬਣਦਾ ਬੜੇ ਲੌਂਗ ਟਾਈਮ ਤੋਂ ਲੰਮੇ ਸਮੇਂ ਤੋਂ ਉੱਥੇ ਬੈਠੇ ਨੇ ਬਣਾ ਕੇ. ਸੋ ਉਹਨਾਂ ਇਹ ਗੱਲ ਜਿਹੜੀ ਕਿਸ ਤਰ੍ਹਾਂ ਦੀ ਹੈ ਆਪਾਂ ਨੂੰ ਵੀ ਇਹਦੇ ਬਾਰੇ ਇੱਕ ਜਿਹੜਾ ਚੰਗੀ ਗੱਲ ਇਹ ਹੋ ਰਹੀ ਆ ਕਿ ਪੰਜਾਬ ਦੇ ਚੀਫ ਮਿਨਿਸਟਰ ਅਮਰਿੰਦਰ ਸਿੰਘ ਜੀ ਉਹਨਾਂ ਨੇ ਵੀ ਓਫੀਸ਼ਲੀ ਇੱਕ ਡੈਲੀਗੇਸ਼ਨ ਜਿਹੜੀ ਉਹ ਉੱਥੇ ਡੈਲੀਗੇਟ ਭੇਜੇ ਨੇ ਅਤੇ ਉਹ ਜਿਹੜੇ ਜਾ ਕੇ ਉਹ ਬਿਲਕੁਲ ਉਹਨਾਂ ਨਾਲ ਗੱਲ ਉਹ ਉਹਨਾਂ ਨੇ ਕੀਤੀ ਵੀ ਆ ਇਸ ਵਿਸ਼ੇ ਦੇ ਵਿੱਚ. ਅਤੇ ਜੇ ਮੈਂ ਦੂਜੇ ਪਾਸੇ ਗੱਲ ਕਰਾਂ ਕਿਉਂਕਿ ਉੱਥੇ ਦੇ ਜੋ CM ਨੇ ਸੰਗਮਾਂ ਉਹਨਾਂ ਦੇ ਨਾਲ ਉਸ ਸਾਡਾ ਜਿਹੜਾ ਡੈਲੀਗੇਸ਼ਨ ਗਏ ਨੇ ਉਹਨਾਂ ਨੇ ਗੱਲ ਕੀਤੀ ਆ ਅਤੇ ਭਈ ਇੱਕ ਸਿੱਖਾਂ ਦਾ ਜਿਹੜਾ ਇਹ ਮਸਲਾ ਹੈ ਬੜੇ ਲੌਂਗ ਲੰਮੇ ਟਾਈਮ ਤੋਂ ਉੱਥੇ ਰਹਿ ਰਹੇ ਆ ਉਹ. ਅਤੇ ਉਹਦੇ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਇੱਕ ਦੂਸਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜੋ ਕਿ June 17 ਨੂੰ ਸ਼੍ਰੋਮਣੀ ਅਕਾਲੀ ਦਲ ਲੀਡਰਸ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਨੇ ਵੀ ਇੱਕ ਜਾ ਕੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਤੇ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਸੰਗਮਾਂ ਦੇ ਨਾਲ ਜਾ ਕੇ ਉਹ ਬਿਲਕੁਲ ਮੁਲਾਕਾਤ ਜਿਹੜੀ ਕਰਨ ਅਤੇ ਉਹਨਾਂ ਨੇ ਮੁਲਾਕਾਤ ਕੀਤੀ ਵੀ ਆ ਅਤੇ ਸੰਗਮਾਂ ਨੇ ਇਹ ਗੱਲ ਭਰੋਸਾ ਜ਼ਰੂਰ ਦਿੱਤਾ ਆ ਕਿ ਇਹ ਜਿਹੜਾ ਮਸਲਾ ਹੈਗਾ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਬਿਲਕੁਲ ਜ਼ਰੂਰ ਕਰ ਲਿਆ ਜਾਵੇਗਾ. ਸੋ ਇਸ ਦੇ ਬਾਰੇ ਇੱਕ ਬੜੀ ਗਲਤ ਅਹਿਮ ਹੈ ਕਿ ਇਹਦੇ ਵਿੱਚ ਜਿਹੜੀਆਂ ਕਾਂਗਰਸ ਪਾਰਟੀ ਵੀ ਹੈ ਜਾਂ ਅਕਾਲੀ ਦਲ ਵੀ ਹੈ ਅਤੇ ਉਹ ਦੋਵੇਂ ਹੀ ਜਿਹੜੇ ਇਹਦੇ ਵਿੱਚ ਬਿਲਕੁਲ ਭਾਵਕ ਨੇ ਅਤੇ ਇਹਨੂੰ ਹੱਲ ਕਰਨਾ ਚਾਹੁੰਦੇ ਨੇ. ਸੋ ਅਗਲਾ ਕੀ ਹੋਏਗਾ ਉਹ ਉੱਥੇ ਦੇ ਜਿਹੜੇ ਮੁੱਖ ਮੰਤਰੀ ਦੇ ਉੱਤੇ ਡਿਪੈਂਡ ਕਰਦਾ ਵਾ ਜਾਂ ਜਿਹੜੀਆਂ ਕੋਰਟਾਂ ਦੇ ਉੱਥੇ ਚੱਲ ਰਹੇ ਨੇ ਜਿਹੜੇ ਵਕੀਲ ਕੇਸ ਲੜ ਰਹੇ ਨੇ. ਸੋ ਉਹ ਵੀ ਫਿਰ ਬਿਲਕੁਲ ਦੱਸਣਗੇ ਕਿ ਜੋ ਕੀ ਜਿਹੜਾ ਫੈਸਲਾ ਹੋਏਗਾ ਅਖੀਰ ਦੇ ਵਿੱਚ ਕਿਸ ਤਰ੍ਹਾਂ ਹੋਏਗੀ. ਸੋ ਉਹ ਵੀ ਜ਼ਰੂਰ ਇਹ ਦੱਸਣਗੇ. ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਇੱਕ ਜੋ NCB ਜਿਹੜੀ ਇੱਕ ਔਰਗਨਾਈਜੇਸ਼ਨ ਹੈਗੀ ਆ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਚੀਫ ਮਿਨਿਸਟਰ ਸਰਦਾਰ ਅਮਰਿੰਦਰ ਸਿੰਘ ਜੀ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਆ ਡਰੱਗ ਦੇ ਮਸਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਕਿ ਪੰਜਾਬ ਦੀ ਧਰਤੀ 'ਤੇ ਇੱਕ ਡਰੱਗ ਜਿਹੜਾ ਬਿਲਕੁਲ ਕੋਹੜ ਬਣ ਗਿਆ ਇੱਕ ਜ਼ਹਿਰ ਜਿਹੜੀ ਆ ਪੰਜਾਬ ਦੇ ਵਿੱਚ ਘੁਲ ਚੁੱਕੀ ਹੈ ਜਿਹਨੂੰ ਕਿ ਖਤਮ ਕਰਨਾ ਬੜਾ ਕੋਈ ਸੌਖਾ ਕੰਮ ਨਹੀਂ ਬੜੀ ਮੁਸ਼ਕਲ ਉਹ ਖਤਮ ਹੋਏਗੀ. ਤਾਂ ਉਹਦੇ ਬਾਰੇ
जिहड़ी इन्हां ने मीटिंगां भी कीतियां ने इस ऑर्गेनाइजेशन ने कि जिहड़ियां कि वह मीटिंगां जिले के जिहड़े एस पी ने उन्हां दे नाल भी कीतियां ने ते उन्होंने हर तरह का सहयोग जिहड़ा देण दा यह भी गल कही है मुख्यमंत्री साहब नूं कि असीं हर तरह दे नाल जिहड़ा वो सहयोग जरूर तुहानूं दवांगे क्योंकि उहदे विच उन्होंने देखा कि जिहड़ा हीरोइन वगैरह है जां पॉपी हस्क वगैरह है जां कहना बस जिहड़ी हैगी आ भंग जिहनूं आपां कह दिंदे आ ते भंग ते हुण आम पिंडां दे विच आपां देखिआ किड्डे किड्डे बूटे जिहड़े उच्चे होए हुंदे ने ते आम उत्थे वेख्या कि जिहड़े उहनूं मल मल के ते उहदा नशा करन दे हुंदे ने साडे जिहड़े नौजवान सो उन्हां दा एन सी बी का कहना है कि उन्होंने डायरैक्टर जनरल ऑफ पंजाब पुलिस डी जी पी ते दूसरे पासे ए डी जी ते उन्हां दे नाल भी मुलाकातां उन्होंने कीतियां ने पंजाब दे सारे ज़िलों के विच ते स्पैशल जिहड़ी टास्क फोर्स आ उहदे नाल भी मीटिंग जिहड़ी उन्होंने की आ ते जिहड़े इंस्पैक्टर जनरल ऑफ पुलिस आ उन्हां दे नाल भी मीटिंग की आ ते जिहड़े सीनियर 8 सुपरिंटेंडेंट ने उन्हां दे नाल भी उन्होंने जिहड़ी मुलाकात वह की आ ते इस तों इलावा वह पंजाब दे विच होर मिनिस्टरां दे नाल भी उन्होंने जिहड़ी मुलाकात वह की आ क्योंकि उन्होंने यह भी गल कही आ कि अगर एन सी बी नूं सरकार दा एक हिस्सा बना लिया जाए इन्हां नूं सरकारी नौकरी दे दित्ती जाए तो वह इस विषय ते जरूर कम करनगे एक ड्रग दे विच जां ड्रग दे बारे वो जिहड़ा बिल्कुल लोगों नूं अलर्ट भी करनगे ते इस कोड नूं बिल्कुल वो बंद करनगे हुण की अगे इहदे विच की हो रहा किवें बंद होएगा ये नशा जिहड़ा क्योंकि जिस माँ का पुत्र जवान पुत्र चला गया तो वो माँ जिहड़ी आ किवें विलकदी आ जिस भैण का जवान भरा चला गया वो भैण जिहड़ी किस तरह विलकदी आ जिस तरह छोटे छोटे बच्चों का बाप चला गया उन्हां बच्चों का फ्यूचर की होएगा सो ये जिहड़े मुद्दे हमेशा चलते रहणगे सिख चैनल तो तुहाडे नाल असीं विचारदे रहांगे ते इहदे बारे तुहाडियां जिहड़ियां की विचारां ने की राय ने तुहाडियां वो तुसीं जरूर फीडबैक जिहड़ी आ वो जरूर सानूं दिया करो ते क्योंकि जदों तुसीं सानूं फीडबैक दिंदे आ ते फिर उहदे नाल ही सानूं थोड़ा जिहा मौका जिहड़ा वह भी मिल जांदा आ सो आओ आपां तकरीबन क्योंकि प्रोग्राम का टाइम जिहड़ा बिल्कुल ख़त्म हो चुका है तो मैं जरूर एक तुहानूं ये बेनती करांगा कि तुसीं ये करंट अफेयरस जिहड़ा प्रोग्राम है इहनूं जरूर वेख्या करो आओ तुहाडे तों इजाजत लईए फिर जल्दी तुहाडे नाल मैं हाजिर हुंना रूबरू हुंना आ आओ तुहाडे तों इजाजत लईए जी प्रोग्राम का टाइम जिहड़ा वह बिल्कुल हो गया वा सो आओ बुलाओ फतेह जी वाहिगुरू जी का खालसा वाहिगुरू जी की फतेह